ਕਰਦੀ, ਜਿਵੇਂ ਬੁਲਾਉਣਾ ਐਸ ਰੱਬ ਨੇ, ਬੁਲਾਉਣਾ ਐਸ ਰੱਬ ਨੇ। ਤੋ ਮੇਰਾ ਮਨ ਬਣਿਆ ਵੀ ਸਾਡੀ ਸ਼ਰਧਾ ਬਣ ਜਾਵੇ ਵੀ ਇਹ ਕਿੱਡਾ ਵੱਡਾ ਦਰ ਹੈ। ਇੱਕ ਬੰਦੇ ਨੂੰ ਹੋ ਗਿਆ ਹੰਕਾਰ ਵੀ ਮੈਂ ਖੁਦਾ, ਇੱਕ ਰਾਜੇ ਨੂੰ ਹੰਕਾਰ ਹੋਇਆ ਵੀ ਮੈਂ ਹੀ ਧਰਤੀ ਤੇ ਰੱਬ ਹਾਂ। ਉਹਨੇ ਆਪਣੇ ਵਜ਼ੀਰ ਨੂੰ ਆਖਿਆ ਓਏ ਮੈਂ ਖੁਦਾ ਹਾਂ। ਵਜ਼ੀਰ ਨੇ ਆਖਿਆ ਨਹੀਂ ਨਹੀਂ ਤੁਸੀਂ ਖੁਦਾ ਨਹੀਂ, ਇਹ ਹੁੰਦੀ ਚਾਪਲੂਸੀ। ਕਈਆਂ ਦੇ ਅੱਜ ਵੀ ਵਜ਼ੀਰ ਬੜੇ ਚਾਪਲੂਸ ਨੇ, ਉਹਨੇ ਕੀਤੀ ਚਾਪਲੂਸੀ, ਕਹਿੰਦਾ ਨਹੀਂ ਖੁਦਾ ਨਹੀਂ, ਤੁਸੀਂ ਖੁਦਾ ਤੋਂ ਉੱਪਰ ਹੋ। ਉਹਨੇ ਆਖਿਆ ਖੁਦਾ ਮੈਂ ਕਦੇ ਵੇਖਿਆ ਨਹੀਂ, ਤੁਸੀਂ ਤੁਹਾਨੂੰ ਮੈਂ ਵੇਖ ਰਿਹਾ, ਖੁਦਾ ਮੈਂ ਬੋਲਦਾ ਨਹੀਂ ਸੁਣਿਆ, ਤੁਸੀਂ ਬੋਲਦੇ ਹੋ। ਖੁਦਾ ਮੈਂ ਕਦੇ ਪ੍ਰਸ਼ਾਦਾ ਪਾਣੀ ਨਹੀਂ ਛਕਦਾ ਵੇਖਿਆ, ਤੁਸੀਂ ਖਾਂਦੇ ਪੀਂਦੇ ਹੋ। ਖੁਦਾ ਮੈਂ ਕਦੇ ਲੋਕਾਂ ਦੇ ਦੁੱਖ ਕੱਟਦਾ ਨਹੀਂ ਵੇਖਿਆ, ਤੁਹਾਨੂੰ ਵੇਖਿਆ, ਤੁਸੀਂ ਖੁਦਾ ਨੂੰ ਉੱਪਰ। ਇਹ ਹੁੰਦੀ ਪੂਛ ਮਰੋੜਨੀ, ਪੰਪ ਦੇਣਾ ਅਗਲੇ ਨੂੰ। ਉਹਨੇ ਪਰਜਾ ਨੂੰ ਆਖਿਆ ਵੀ ਮੈਂ ਖੁਦਾ, ਪਰਜਾ ਨੇ ਆਖਿਆ ਖੁਦਾ। ਇੱਕ ਭੈਣੋਂ ਤੁਹਾਡੇ ਵਰਗੀ ਬੀਬੀ ਬੈਠੀ 4 ਮਹੀਨੇ ਦਾ ਬੱਚਾ ਲੈ ਕੇ, ਉਹ ਰਾਜੇ ਨੇ ਆਖਿਆ ਵੀ ਦੱਸ ਭੈਣੇ ਮੈਂ ਖੁਦਾ। ਉਹਨੇ ਆਖਿਆ ਨੇ ਤੂੰ ਖੁਦਾ ਨਹੀਂ, ਖੁਦਾ ਉਹ ਹੈ ਜਿਹੜਾ ਪੱਥਰਾਂ ਦੇ ਵਿੱਚ ਵੀ ਕੀੜਿਆਂ ਦਾ ਪੇਟ ਪਾਲਦਾ, ਉਹ ਖੁਦਾ, ਤੂੰ ਖੁਦਾ ਨਹੀਂ। ਉਹਨੇ 2-4 ਕੁਐਸਚਨ ਹੋਰ ਕੀਤੇ, ਬੀਬੀ ਨੇ ਜਵਾਬ ਦਿੱਤਾ। ਰਾਜੇ ਨੇ ਆਖਿਆ ਤੈਨੂੰ ਮੈਂ ਦੱਸਦਾ ਵੀ ਮੈਂ ਖੁਦਾ ਹਾਂ ਕਿ ਨਹੀਂ। ਉਹਨੇ ਵਜ਼ੀਰ ਨੂੰ ਆਖਿਆ ਕਹਿੰਦਾ ਓਏ ਲਿਆ ਇੱਥੇ ਲੱਕੜਾਂ ਤੇ ਲਾਲ ਲੱਕੜਾਂ ਦਾ ਢੇਰ ਤੇ ਲਾ ਦੇ ਅੱਗ। ਲੱਕੜਾਂ ਦਾ ਢੇਰ ਲਗਾ ਕੇ ਲਗਾਈ ਗਈ ਅੱਗ। ਉਹ ਬੀਬੀ ਦੇ ਕੋਲੋਂ 4 ਮਹੀਨੇ ਦਾ ਬੱਚਾ ਖੋ ਕੇ ਤੇ ਉਹ ਰਾਜੇ ਨੇ ਅੱਗ 'ਚ ਵਗਾ ਕੇ ਮਾਰਿਆ। ਆਖਰ ਉਹਦਾ ਪੁੱਤ ਸੀਗਾ, ਆਂਦਰਾਂ ਨੂੰ ਸੇਕ ਤੇ ਲੱਗਣਾ ਸੀ। ਬੱਚੇ ਨੂੰ ਤੇ ਕਿਤੇ ਠੇਡਾ ਲੱਗ ਜਾਵੇ ਨਾ ਠੇਡਾ, ਤੇ ਮਾਂ ਦੇ ਭਾਅ ਦੀ ਪਰਲੋ ਆ ਜਾਂਦੀ। ਜਿਹਦਾ 4 ਮਹੀਨੇ ਦਾ ਬੱਚਾ ਚੁੱਕ ਕੇ ਅੱਗ ਵਿੱਚ ਸੁੱਟ ਦਿੱਤਾ, ਉਸ ਮਾਂ ਦੇ ਕੀ ਹਾਲਾਤ ਹੋਣਗੇ। ਉਹ ਮੱਚਦੀ ਚਿਖਾ ਦੇ ਲਾਗੇ ਬਹਿ ਕੇ ਕਹਿੰਦੀ ਰੱਬਾ ਪੁੱਤ ਦੀ ਕੋਈ ਗੱਲ ਨਹੀਂ, ਤੂੰ ਦਿੱਤਾ ਤੂੰ ਖੋ ਲੈਣਾ, ਪਰ ਅੱਜ ਜੇ ਲੱਕੜਾਂ ਵਿੱਚ ਮੇਰਾ ਪੁੱਤ ਸੜ ਕੇ ਮਰ ਗਿਆ ਤੇ ਤੇਰਾ ਨਾਂ ਨਹੀਂ ਕਿਸੇ ਨੇ ਲੈਣਾ, ਤੈਨੂੰ ਲੋਕ ਯਾਦ ਨਹੀਂ ਕਰਨਗੇ। ਅੱਜ ਮੇਰਾ ਪੁੱਤ ਇਸ ਕਰਕੇ ਨਾ ਬਚਾ ਵੀ ਮੈਂ ਅਰਦਾਸ ਕਰਦੀ, ਜੇ ਤੂੰ ਆਪਣੀ ਹੋਂਦ ਬਰਕਰਾਰ ਰੱਖਣੀ ਤੇ ਤੈਨੂੰ ਮੇਰਾ ਪੁੱਤ ਬਚਾਉਣਾ ਪੈਣਾ। ਲੱਕੜਾਂ ਸੜ ਕੇ ਸਵਾਹ ਹੋ ਗਈਆਂ। ਕੁਝ ਸਮੇਂ ਬਾਅਦ ਲੱਟ ਲੱਟ ਕਰਦੀ ਮੱਚਦੀ ਅੱਗ ਗਈ ਬੋਝ ਤੇ ਵਿੱਚ ਛੋਟਾ ਜਿਹਾ ਬੱਚਾ ਜਿਹੜਾ ਚੌਂਕਣੀ ਮਾਰ ਕੇ ਬੈਠਾ ਹਸੂ ਹਸੂ ਕਰਦਾ ਤੇ ਰੱਬ ਦੇ ਨਾਲ ਜੁੜਿਆ ਹੋਇਆ। ਉਹ ਵਿਚਾਰੀ ਮਾਂ ਉੱਠੀ, ਉਹਨੇ ਆਖਿਆ ਵੇਖ ਰਾਜਿਆ ਤੂੰ ਹੈ ਝੂਠਾ ਖੁਦਾ, ਤੂੰ ਉਹਨੂੰ ਮਾਰਨ ਦਾ ਯਤਨ ਕੀਤਾ ਲੇਕਿਨ ਮੇਰੇ ਸੱਚੇ ਰੱਬ ਨੇ ਮੇਰੇ ਪੁੱਤ ਬਚਾ ਲਿਆ। ਫਿਰ ਕਹਿੰਦੇ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ, ਉਹ ਆਵਾਜ਼ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਕੁਰਾਨ ਸ਼ਰੀਫ ਵਿੱਚ ਲਿਖ ਦਿੱਤੀ। ਉਹ ਆਵਾਜ਼ ਆਈ ਲੰਮ ਤਫੱਲੂ ਵਲਨ ਤਫੱਲੂ ਫੱਤਾ ਕੁੰਨਾ ਰਲਾਤੀ ਵਕੂ ਦੋ ਹਨਾਸੂ ਵਲ ਹਿਜ਼ਾਰਾਤੋ ਉਹ ਇੱਦਤ ਲਿਲ ਕਾਫਰੀਨ। ਉਹ ਆਵਾਜ਼ ਆਈ ਉਹ ਬੰਦਿਆ ਦੁਨੀਆਂ ਤੋਂ ਕਾਫਰ ਹੋ ਕੇ ਨਾ ਮਰੀ, ਰੱਬ ਦੀ ਹੋਂਦ ਨੂੰ ਮੰਨ, ਮੰਨ ਵੀ ਰੱਬ ਹੈ ਤੋ ਸਤਿਕਾਰ ਜੋ ਖਾਲਸਾ ਜੀ। ਇਹ ਮੰਨੋ ਵੀ ਜਿਹੜਾ ਪਾਵਨ ਸਵਰੂਪ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਸਾਹਮਣੇ ਸਾਕਸ਼ਾਤ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਨੇ, 10 ਪਾਤਸ਼ਾਹੀਆਂ ਬੈਠੀਆਂ ਨੇ, ਇਹਨਾਂ ਦੇ ਵਿੱਚ 11 ਪੱਟ, 15 ਭਗਤ ਤੇ 3 ਗੁਰੂ ਕੇ ਪਿਆਰੇ ਸਿੱਖ ਬੈਠੇ ਨੇ। ਅੰਦਰ ਦੀ ਅੱਖ ਨਾਲ ਦਰਸ਼ਨ ਕਰੋਗੇ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣਗੇ। ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧਿਆਨ ਲੈ ਕੇ ਚੱਲਦਾ ਤੁਹਾਡਾ ਇਤਿਹਾਸ ਦੇ ਪੱਤਰਿਆਂ ਦੇ ਉੱਪਰ।
ਇਹ ਮੈਂ ਹੁਣ ਡੀਂਗ ਨਹੀਂ ਲੱਗਾ ਮਾਰਨ ਵੀ ਜਿਹੜਾ ਮੈਂ ਇਤਿਹਾਸ ਕਹਿਣ ਲੱਗਾ ਤੁਸੀਂ ਕਦੇ ਸੁਣਿਆ ਨਹੀਂ। ਇੰਨੀ ਕੁ ਬੇਨਤੀ ਕਰ ਦਿੰਦਾ ਵੀ 99% ਛਾਏ ਦਾ ਤੁਸਾਂ ਨੇ ਇਤਿਹਾਸ ਨਾ ਸੁਣਿਆ ਹੋਵੇ। 99% ਵੀਰ ਜੀ ਗੱਲ ਕਰਕੇ ਗਏ ਨੇ ਸਰਹੰਦ ਫਤਿਹ ਦੀ। ਸਰਹੰਦ ਫਤਿਹ ਹੋਈ, ਉਹਦਾ ਨਾਮ ਰੱਖਿਆ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਬਦਲ ਕੇ, ਕਿਉਂਕਿ ਉਹ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਸੀ, ਉਹ ਜਥੇਦਾਰ ਜਾਗਦੀ ਜ਼ਮੀਰ ਵਾਲੇ ਸੀ, ਉਹਨਾਂ ਨਾਮ ਬਦਲ ਕੇ ਰੱਖ ਦਿੱਤੇ। ਸਾਡੇ ਵਿੱਚ ਤੇ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਬੜੇ ਗੁਲਾਮੀ ਦੇ ਚਿੰਨ ਅਜੇ ਤੱਕ ਨਹੀਂ ਕਿਸੇ ਨੇ ਬਦਲੇ, ਅਜੇ ਤੱਕ। ਖੈਰ ਉਹ ਬਦਲੇ ਵੀ ਨਹੀਂ ਜਾਣੇ, ਕਿਉਂਕਿ ਜਿਹੜੀਆਂ ਕੌਮਾਂ ਦੇ ਵਿੱਚ ਆਪੋ ਧਾਪ ਪੈ ਜਾਵੇ ਨਾ ਜਿਹੜੀਆਂ ਲੋਕਾਂ 'ਚ, ਉਹ ਲੋਕ ਕਦੇ ਰਾਜ ਦੇ ਪੱਧਰ ਤੇ ਜਾ ਕੇ ਕਦੇ ਰਾਜ ਭਾਗ ਦੇ ਵਾਰਸ ਨਹੀਂ ਬਣਦੇ, ਜਿੱਥੇ ਭਰਾ ਭਰਾ ਦੀ ਲੱਤ ਖਿੱਚਣ ਲੱਗ ਪਵੇ ਲੱਤ। ਇੱਕ ਜੇਲ੍ਹ ਵਿੱਚੋਂ 5-7 ਕੈਦੀ ਭੱਜ ਗਏ, ਜੇਲ੍ਹ ਪ੍ਰਸ਼ਾਸਨ ਹੋਇਆ ਇਕੱਠਾ ਤੇ ਜੇਲ੍ਹ ਸੁਪਰਡੈਂਟ ਨੇ ਮਿਸਤਰੀ ਸੱਦੇ ਕਾਰੀਗਰ, ਉਹਨੇ ਆਖਿਆ ਵੀ ਇਹ ਜਿੰਨੀਆਂ ਕੌਮਾਂ ਵੱਖਰੀਆਂ ਵੱਖਰੀਆਂ ਕਰ ਦੋ, ਮੁਸਲਮਾਨ ਵੱਖਰੇ, ਈਸਾਈ ਜੈਨੀ ਬੋਧੀ ਵੱਖਰੇ, ਸਿੱਖ ਵੱਖਰੇ। ਤੇ ਜੇਲ੍ਹ ਸੁਪਰਡੈਂਟ ਨੇ ਆਖਿਆ ਕਹਿੰਦਾ ਵੀ ਜਿਹੜੇ ਹਿੰਦੂ ਨੇ ਨਾ ਇਹਨਾਂ ਦੀ ਕੰਧ ਕਰੋ 35-35 ਫੁੱਟ, ਈਸਾਈ ਜੈਨੀ ਬੋਧੀ ਉਹਨਾਂ ਦੀ ਵੀ 30-35 ਫੁੱਟ, ਤੇ ਆ ਜਿਹੜੇ ਦਾੜਿਆਂ ਵਾਲੇ ਸਿੱਖ ਨੇ ਨਾ ਇਹਨਾਂ ਦੀ ਕੰਧ ਕਰੋ 2-2 ਫੁੱਟ। ਤੇ ਉਹ ਦੂਜੇ ਮਿਸਤਰੀਆਂ ਨੇ ਪੁੱਛਿਆ, ਪੁਲਿਸ ਵਾਲਿਆਂ ਵਿਚਾਰਿਆਂ ਪੁੱਛਿਆ ਵੀ ਕਿਉਂ ਉਹਨਾਂ ਦੀ 35-35 ਫੁੱਟ, ਇਹਨਾਂ ਦੀ 2-2 ਫੁੱਟ ਕਿਉਂ, ਇਹ ਭੱਜਦੇ ਨਹੀਂ? ਤੇ ਜੇਲ੍ਹ ਸੁਪਰਡੈਂਟ ਨੇ ਆਖਿਆ ਭੱਜਦੇ ਆ, ਪਰ ਜਦੋਂ ਇੱਕ ਲੱਗਾ ਭੱਜਣ ਤਿੰਨਾਂ ਨੇ ਲੱਤਾਂ ਖਿੱਚਣੀਆਂ, ਦੂਜੇ 2 ਲੱਗੇ ਭੱਜਣ ਤੇ 10 ਨੇ ਲੱਤਾਂ ਖਿੱਚਣੀਆਂ। ਇਹਨਾਂ ਦੀ ਭਾਵੇਂ ਕੰਧ ਕਰੋ ਵੀ ਨਾ, ਇਹਨਾਂ ਇੱਕ ਦੂਜੇ ਦੀਆਂ ਲੱਤਾਂ ਹੀ ਇੰਨੀਆਂ ਖਿੱਚਣੀਆਂ ਵੀ ਇਹਨਾਂ ਆਪਣਿਆਂ ਨੂੰ ਭੱਜਣ ਹੀ ਨਹੀਂ ਦੇਣਾ। ਅੱਜ ਹਾਲਾਤ ਸਾਡੇ ਇਹ ਬਣੇ ਨੇ। ਹੋ ਸਾਡਾ ਕਿਸੇ ਤੇ ਗਿਲਾ ਕੀ ਰੋਸ ਕਾਦਾ, ਓ ਸਾਡਾ ਕਿਸੇ ਸਾਡਾ ਕਿਸੇ ਤੇ ਗਿਲਾ ਕੀ ਰੋਸ ਕਾਦਾ, ਰਾਜੀ ਆਪਣੀ ਜਦੋਂ ਸਰਕਾਰ ਹੀ ਨਹੀਂ, ਕੀ ਇਹ ਮਾਣ ਸਾਨੂੰ ਤੇ ਕੀ ਲਿਹਾਜ ਉਸ ਨੂੰ, ਕਿਸੇ ਕਦਰ ਵਿੱਚ ਜਦੋਂ ਕੋਈ ਪਿਆਰ ਹੀ ਨਹੀਂ, ਉਸ ਦਰ ਤੋਂ ਕਾਦੀ ਕੋਈ ਆਸ ਰੱਖੇ, ਜਿੱਥੇ ਸੁਣੀ ਦੀ ਕੂਕ ਪੁਕਾਰ ਹੀ ਨਹੀਂ, ਹੋ ਧਰਮੀ ਬੰਦਿਆਂ ਦੀ ਤਾਈਆਂ ਪਾਤੇ ਲੈਂਦੀਆਂ, ਕਿਉਂਕਿ ਆਪਣੇ ਮੁੱਕੇ ਕਦਾਰ ਹੀ ਨਹੀਂ, ਹੋ ਕਿਉਂਕਿ ਆਪਣੇ ਮੁੱਕੇ ਕਦਾਰ ਹੀ ਨਹੀਂ। ਆਪਣਾ ਧਿਆਨ ਲੈ ਕੇ ਚੱਲੀਏ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਸੋਹਣੇ ਚਰਨਾਂ 'ਚ। ਇਹਦੇ ਤੋਂ ਪਹਿਲਾਂ ਇੱਕ ਬੇਨਤੀ ਕਰਾਂ ਤੇ 712 ਦੇ ਵਿੱਚ ਨਾ, 712 ਚ ਤੇ ਜੇ ਹੋਰ ਥੋੜਾ ਜਿਹਾ ਪਛਾਣ ਚੱਲ ਗਏ, ਅੱਜ ਤੋਂ 2000 ਸਾਲ ਪਹਿਲਾਂ, 2.25 ਹਜ਼ਾਰ ਸਾਲ ਪਹਿਲਾਂ, ਇਸ ਦੇਸ਼ ਨੂੰ ਜਿੱਥੇ ਤੁਸੀਂ ਬੈਠੇ ਹੋ ਇਹਨੂੰ ਸਿਕੰਦਰ ਆਜ਼ਮ ਨੇ ਰੱਜ ਕੇ ਲੁੱਟਿਆ, ਰੱਜ ਕੇ। ਫਿਰ 712 ਵਿੱਚ ਇੱਕ ਨੌਜਵਾਨ ਮੁੰਡਾ ਧੀਆਂ ਭੈਣਾਂ ਦੀਆਂ ਵਾਲੀਆਂ ਲਾਉਂਦਾ, ਕੰਨਾਂ ਤੋਂ ਜਾਂਦੇ ਗੱਡੇ ਲੁੱਟ ਲੈਣੇ, ਇਹਦਾ ਚਾਚਾ ਬੜਾ ਸਿਆਣਾ ਸੀ ਛਾ ਇਜਾਜ, ਉਹਨੇ ਆਖਿਆ ਕਹਿੰਦਾ ਉਹ ਕਾਕਾ ਲੋਕਾਂ ਦੇ ਘਰ ਨਾ ਲੁੱਟਿਆ ਕਰ, ਆਉਂਦੀਆਂ ਜਾਂਦੀਆਂ ਧੀਆਂ ਭੈਣਾਂ ਨਾ ਲੁੱਟ। ਉਹਨੇ ਆਖਿਆ ਚਾਚਾ ਰੋਟੀ ਕਿਵੇਂ ਖਾਵਾਂ, ਉਹਨੇ ਆਖਿਆ ਜੇ ਮੇਰੀ ਇੱਕ ਗੱਲ ਮੰਨੇ, ਆ ਚੜ੍ਹਦੇ ਪਾਸੇ ਪੈਂਦਾ ਭਾਰ, ਜੇ ਕਿਤੇ ਇਹਨੂੰ ਲੁੱਟ ਕੇ ਲਿਆਵੇ
ਤੇਰੀਆਂ ਇੱਕ ਹੀ ਪੁਸ਼ਤਾਂ ਚੌਂਕਣੀ ਮਾਰ ਕੇ ਮੰਜੀ ਤੇ ਬਹਿ ਕੇ ਖਾਈ ਜਾਣ ਤੇ ਉਹਦੇ ਕੋਲ ਤਨ ਨਹੀਂ ਮੁੱਕੇਗਾ। ਉਹਨੇ ਆਖਿਆ ਠੀਕ ਆ ਚਾਚਾ ਜੀ। ਉਹਨੇ ਕੀਤਾ ਭਾਰਤ ਤੇ ਹਮਲਾ 712 ਵਿੱਚ ਮੁਹੰਮਦ ਬਿਨ ਕਾਸਮ ਨੇ ਜਦੋਂ ਨੇ ਭਾਰਤ ਲੁੱਟਿਆ ਤੇ ਪਿਆ ਕਾਂਗੜੇ ਤੇ, ਕਾਂਗੜੇ ਦਾ ਮੰਦਿਰ ਲੁੱਟਿਆ ਜਿਹਦੇ ਵਿੱਚ 60 ਮੂਰਤੀਆਂ ਸੋਨੇ ਦੀਆਂ ਕੱਢੀਆਂ, 40 ਡੇਗਾਂ ਭਰੀਆਂ ਸੋਨੇ ਦੀਆਂ, 1,72,000,000,000 ਰੁਪਏ ਦੇ ਹੀਰੇ ਜਵਾਹਰਾਤ ਲੁੱਟੇ ਤੇ ਇਤਿਹਾਸਕਾਰ ਕਹਿੰਦੇ ਨੇ ਉਹ ਮੁਹੰਮਦ ਬਿਨ ਕਾਸਮ ਦਾ ਖਾਨਦਾਨ ਅੱਜ ਵੀ ਉਹ ਕੁਝ ਖਾ ਰਿਹਾ 712 ਤੋਂ ਲੈ ਕੇ 2024 ਤੱਕ ਇੰਨਾ ਕੁਝ ਲੁੱਟ ਕੇ ਲੈ ਗਿਆ। ਫਿਰ 1000 ਈਸਵੀ ਤੋਂ ਲੈ ਕੇ 1026 ਤੱਕ ਤੁਹਾਨੂੰ ਮਹਿਮੂਦ ਗਜ਼ਨਵੀ ਨੇ ਇਸ ਦੇਸ਼ ਨੂੰ ਲੁੱਟਿਆ। 26 ਤੱਕ 16 ਵਾਰ ਮੁਹੰਮਦ ਗੌਰੀ ਲੁੱਟ ਕੇ ਲੈ ਗਿਆ। ਇੱਕ ਬੰਦੇ ਦੀ ਲੱਤ ਨੂੰ ਪੋਲੀਓ ਹੋਇਆ, ਉਹ 700 ਛਪਾਈ ਉਹਨੇ ਲਿਆ, ਨਾਲ ਘੋੜੇ ਤੇ ਵੀ ਨਾ ਬੈਠਾ, ਇੱਕ ਖੱਚਰ ਤੇ ਬੈਠਾ ਤੇ ਇਸ ਦੇਸ਼ ਨੂੰ ਲੁੱਟ ਕੇ ਲੈ ਗਿਆ। ਪਤਾ ਕਿਵੇਂ? ਉਦੋਂ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਸੀ ਨਾ, ਕੁਝ ਹਿੰਦੂ ਵੀਰਾਂ ਦੇ ਪ੍ਰਚਾਰਕ, ਉਹਨਾਂ ਨੇ ਜਿੰਨੇ ਛਤਰੇ ਦੇਸ਼ ਵਾਸੀਆਂ ਨੂੰ ਪਵਾਏ ਉਹਨੇ ਕਿਸੇ ਵੀ ਨਹੀਂ ਪਵਾਏ। ਕੌਮ ਨੇ ਇਹਨਾਂ ਲੋਕਾਂ ਨੇ ਆਖਿਆ ਵੀ ਹੁਣ ਲੜਨਾ ਕਿ ਨਹੀਂ, ਤੇ ਉਹਨਾਂ ਨੇ ਹਮਲ ਕਰਦਿਆਂ ਕਰਦਿਆਂ ਲਾਖਿਆ ਕਹਿੰਦੇ ਲੜਨਾ ਨਹੀਂ, ਅਸੀਂ ਕਰਾਂਗੇ ਹਮਲ, ਅਸੀਂ ਪੜਾਂਗੇ ਮੰਤਰ। ਜਦੋਂ ਮੰਤਰ ਪੜੇ ਤੇ ਜਿਹੜੇ ਚੜ੍ਹਾਈ ਕਰਕੇ ਆਉਣਗੇ ਉਹ ਅੰਨੇ ਹੋ ਜਾਣਗੇ। ਇਹ ਅੱਗ ਦੇ ਦੁਆਲੇ ਮੰਤਰ ਪੜ੍ਹਦੇ ਰਹਿ, ਉਹਨਾਂ ਨੇ ਉਹ ਤੂਤ ਦੀ ਸ਼ਮਕ ਫੇਰੀ ਜਿਹੜੀ ਕਿਤੇ ਫੇਰੀ ਨਾ ਹੋਵੇ। ਕੋਈ ਮੁਗਲ ਨਾ ਹੋਆ ਅੰਧਾ, ਕਿੰਨੇ ਨਾ ਪਰਚਾ ਲਾਇਆ, ਇਹ ਮੰਤਰ ਪੜੀ ਗਏ, ਅੰਨਾ ਕੋਈ ਵੀ ਨਾ ਹੋਇਆ। ਉਹਨਾਂ ਨੇ ਰੀਝਣਾ ਜੁੱਤੀ ਫੇਰੀ ਤੇ ਲੁੱਟ ਕੇ ਦੇਸ਼ ਲੈ ਗਏ। ਫਿਰ ਉਹ ਲੰਗਾ ਜਿਹਾ ਬੰਦਾ ਨਾ ਖੱਚਰ ਤੇ ਬਹਿ ਕੇ, ਉਹ 700 ਬੰਦਾ ਲੈ ਲਿਆ ਨਾਲ, ਤੇ ਕਈਆਂ ਨੇ ਡਾਂਗਾ ਚੁੱਕ ਲਈਆਂ। ਉਹ ਕਹਿੰਦਾ ਡਾਂਗਾ ਕਿਉਂ ਚੁੱਕੀਆਂ? ਕਹਿੰਦਾ ਭਾਰਤ ਦੇਸ਼ ਲੁੱਟਣ ਚੱਲੇ ਆ, ਲੜਾਈ ਹੋ। ਉਹਨੇ ਹਾਂ ਲੜਾਈ ਨਹੀਂ ਹੋਣੀ, 200-250 ਗਾਂ ਫੜੋ, ਗਾਂ ਤੇ ਗਾਵਾਂ ਨੂੰ ਲਾ ਲਓ ਗਾੜੀ। ਇਹ ਗਾਂ ਨੂੰ ਮੰਨਦੇ ਮਾਂ, ਜਦੋਂ ਤੁਸੀਂ ਗਾਵਾਂ ਲਾ ਲਈਆਂ ਗਾੜੀ, ਇਹਨਾਂ ਪੈਰੀਆਂ ਹੱਥ ਲਾ ਕੇ ਤੇ ਪੇੜੇ ਚਾਰੀ ਜਾਣੇ, ਤੁਸੀਂ ਘਰ ਲੁੱਟ ਲਿਓ। ਉਹ ਗੱਲ ਹੋਈ, ਉਹ 250-300 ਗਾਂ ਅੱਗੇ ਲਾ ਕੇ ਆ ਗਿਆ ਭਾਰਤ ਵਿੱਚ, ਇਹਨਾਂ ਨੇ ਨਾਲੇ ਪੈਰੀਆਂ ਹੱਥ ਲਾਏ ਤੇ ਨਾਲੇ ਪੇੜੇ ਚਾਰੇ, ਅਗਲਾ ਡਾਂਗ ਵਾ ਕੇ ਦੇਸ਼ ਲੁੱਟ ਕੇ ਗਾਂ ਗਿਆ। ਫਿਰ ਸਨਮਾਨ ਜੋ ਖਾਲਸਾ ਜੀ 1520-21, 22, 23, 24, 25, 26, 8 ਸਾਲ ਬਾਬਰ ਨੇ ਲੁੱਟਿਆ। ਬਾਬਰ ਨੇ ਕੋਈ ਮਾਂ ਦਾ ਪੁੱਤ ਨਾ ਜੰਮਿਆ ਜਿਹੜਾ ਬਾਬਰ ਦੇ ਸਾਹਮਣੇ ਖਲੋਵੇ। ਫਿਰ ਇੱਕ ਮਰਦੇ ਕਾਮਲ ਉੱਠਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਮੇਰੇ ਸਤਿਗੁਰੂ ਨੇ ਸਾਹਮਣੇ ਖਲੋ ਕੇ ਆਖਿਆ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਫਿਰ ਇਸੇ ਗੱਦੀ ਤੇ ਛੇਵਾਂ ਦਾ ਤਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋਏ। ਉਹਨਾਂ ਨੇ ਇੱਕ ਤਖਤ ਰਚ ਕੇ ਕੌਮ ਦੀ ਝੋਲੀ ਵਿੱਚ ਪਾਇਆ, ਦੋ ਸ੍ਰੀ ਸਾਹਿਬਾਂ ਪਾਈਆਂ ਮੀਰੀ ਤੇ ਪੀਰੀ ਦੀਆਂ, ਤੇ ਵਿਦਵਾਨ ਲਿਖਦਾ ਕਹਿੰਦਾ ਗੁਰੂ ਅਰਜਨ ਪੰਚਮ ਪਾਤਸ਼ਾਹ ਸਨ ਮਾਲਕ ਪੂਰਨ ਭਗਤੀ ਦੇ, ਉਹ ਕਰ ਕੁਰਬਾਨੀ ਧਰਮੇ ਅੰਦਰ ਤੇ ਬੀਜ ਬੀਜ ਗਏ ਸ਼ਕਤੀ। ਗੁਰ ਛੇਵੇਂ ਜੋਧੇ ਹਰਗੋਬਿੰਦ ਹੋਏ ਬਿਰਾਜਮਾਨ ਜਦ ਗੱਦੀ ਤੇ, ਉਹ ਵਾਰਸ ਬਣ ਕੇ ਬੈਠ ਗਏ ਤੇ ਆਪਣੇ ਵਿਰਸੇ ਜੱਦੀ ਦੇ। ਤਦ ਬਾਬਾ ਬੁੱਢਾ ਜੀ ਕੋਲੋ ਉਹਨਾਂ ਪਹਿਣ ਲਈਆਂ ਤਲਵਾਰਾਂ ਦੋ, ਭਗਤੀ ਤੇ ਸ਼ਕਤੀ ਮਿਲ ਗਈਆਂ ਜਿਵੇਂ ਇੱਕ ਕੱਲਾ ਤੇ 11 ਦੋ। ਜਿਹੜੀ ਸਿਆਸਤ ਅਜੇ ਨਖਸਮੀ ਸੀ ਤੇ ਜਿਹੜੀ ਅਜੇ ਅਭਾਗਣ ਸੀ, ਲੜ ਧਰਮ ਦੇ ਲਾ ਕੇ ਸਤਿਗੁਰ ਨੇ ਉਹਨੂੰ ਕੀਤਾ ਆਪ ਸੁਹਾਗਣ ਸੀ। ਸਿੱਖ ਸਾਧ ਸੰਤ ਸਭ ਆਣ ਜੁੜੇ, ਜਦੋਂ ਰਿਹਾ ਨਾ ਕੋਈ ਓਹਲੇ ਸੀ,
ਤਦ ਮਾਰ ਕੇ ਚੋਟ ਨਗਾਰੇ ਤੇ ਗੁਰੂ ਹਰਗੋਬਿੰਦ ਸਿੱਖੋ ਜੇ ਭੇਟਾ ਕਰਨੀ ਹੈ ਤੇ ਚੰਗੇ ਸ਼ਸਤਰ ਭੇਟ ਕਰੋ, ਤੁਸੀਂ ਜਵਾਨੀ ਭੇਟ ਕਰੋ ਤੇ ਚੰਗੇ ਅਸਤਰ ਭੇਟ ਕਰੋ, ਤੁਸਾਂ ਮੇਰੀ ਖੁਸ਼ੀ ਜੇ ਲੈਣੀ ਹੈ ਤੇ ਚੰਗੇ ਕੋਰੇ ਸਵਾਰ ਬਣੋ, ਨਿਤ ਪਹਿਨੋ ਸ਼ਸਤਰ ਅਸਤਰ ਵੀ ਤੇ ਜੰਗੀ ਸਿਪਾਹ ਬਣੋ, ਸਿਰ ਸੋਹਣੇ ਦਸਤਾਰੇ ਬੰਨੋ ਤੇ ਸਿੱਖੀ ਸ਼ਾਨ ਬਣਾ ਕੇ ਚੱਲੋ, ਸੀਨੇ ਆਪਣੇ ਤਾਣ ਕੇ ਚੱਲੋ, ਧੌਣਾ ਨੂੰ ਅਕੜਾ ਕੇ ਚੱਲੋ, ਲੈ ਤੇਗਾਂ ਤੀਰਾਂ ਨੇਜਿਆਂ ਨੂੰ ਜਾਂ ਜੰਗਲ ਵਿੱਚ ਸ਼ਿਕਾਰ ਕਰੋ, ਕਸਰਤ ਕਰੋ ਤੇ ਕੌਡੀ ਖੇਡੋ, ਚੰਗੇ ਜਿਸਮ ਤਿਆਰ ਕਰੋ, ਜ਼ਾਲਮ ਕੋਈ ਤਲਵਾਰ ਜੇ ਚੁੱਕੇ ਤੇ ਫੜ ਕਰ ਤੁਹਾਡੇ ਡੋਲੇ ਸਿੱਖੋ, ਮਜ਼ਲੂਮਾਂ ਦਾ ਖੂਨ ਜੇ ਡੁੱਲੇ ਤੇ ਖੂਨ ਤੁਹਾਡਾ ਖੌਲੇ ਸਿੱਖੋ, ਜਦ ਤੱਕ ਜ਼ੁਲਮ ਸਿਤਮ ਨਹੀਂ ਰੋਕਦੇ ਤੇ ਜਦੋਂ ਤੀਕ ਹੈ ਬਾਬਰ ਵਾਣੀ, ਰੋਕਣ ਲਈ ਤਲਵਾਰ ਜ਼ੁਲਮ ਦੀ ਤੁਸਾਂ ਨੇ ਹੈ ਤਲਵਾਰ ਹੀ ਉਠਾਣੀ, ਅੰਗ ਅੰਗ ਮਜ਼ਬੂਤ ਬਣਾ ਕੇ ਕਰ ਦਿਓ ਦੁਨੀਆਂ ਦੰਗ ਜਵਾਨੋ, ਨਾਲ ਅਣਖ ਦੇ ਜੀਵੋ ਜਾਗੋ, ਸਮੇਂ ਦੀ ਇਹੋ ਮੰਗ ਜਵਾਨੋ, ਤੁਸੀਂ ਤੇ ਉਹ ਦਿਲ ਜਿਨ੍ਹਾਂ ਦੇ ਸਾੜੇ ਗਏ ਸੀ ਤਵੀ ਦੇ ਉੱਤੇ, ਜਦ ਤੁਹਾਨੂੰ ਜਿਉ ਬੀਤੀ ਸੀ ਸ਼ਾਂਤਮਈ ਦੇ ਕਵੀ ਦੇ ਉੱਤੇ, ਆਵਾਜ਼ ਦੇ ਕੇ ਆਖਿਆ ਆਓ ਢੱਡ ਦੋ ਗਾਓ ਗੱਜ ਕੇ, ਅਣਖੀ ਵੀ ਰਸ ਦੀਆਂ ਵਾਰਾਂ, ਬੋਲ ਤੁਹਾਡੇ ਬਣਨ ਮੰਗਾਰਾ, ਸੁਰਾਂ ਤੇ ਸਾਜ ਬਣ ਲਲਕਾਰਾ, ਠੱਪ ਠੱਪ ਕਰਕੇ ਤੁਹਾਡੀਆਂ ਟੱਡਾਂ, ਸੁੱਤੀ ਕੌਮ ਨੂੰ ਟੁੰਬ ਚਕਾਵਨ, ਸਾਰੰਗੀ ਦੇ ਗੱਜ ਦੇ ਘੁੰਗਰੂ, ਕੁਰਬਾਨੀ ਦਾ ਚਾਅ ਚੜਾਵਨ, ਰਚ ਦਿਓ ਜਦੋਂ ਸਮੇਂ ਦੀ ਕਵਿਤਾ, ਦਿੰਦੇ ਪਲਟ ਤੁਸੀਂ ਤਕਦੀਰਾਂ, ਮੁਰਦੇ ਉੱਠ ਕੇ ਮਰਦ ਨੇ ਬਣਦੇ ਤੇ ਫੜ ਲੈਂਦੇ ਹੋ ਹੱਥ ਸ਼ਮਸ਼ੀਰਾਂ, ਏਦਾਂ ਕਹਿ ਗੁਰੂ ਹਰਗੋਬਿੰਦ ਨੇ ਸੰਗਤਾਂ ਨੂੰ ਉਤਸ਼ਾਹ ਸੀ ਦਿੱਤਾ, ਸਿੱਖਾਂ ਦੇ ਦਿਲ ਉੱਤੋਂ ਸਾਰਾ ਡਰ ਪਾਓ ਮੌਤ ਦਾ ਨਾਸ਼ ਕੀ ਦਿੱਤਾ, ਨਾਲ ਸ਼ਾਂਤਮਈ ਜੁੜੀ ਵੀਰਤਾ, ਮਾਲਾ ਤੇ ਤਲਵਾਰ ਜੁੜੀ ਸੀ, ਏਦਾਂ ਧਰਮ ਦੇ ਨਾਲ ਸਿਆਸਤ ਆ ਕੇ ਪਹਿਲੀ ਵਾਰ ਜੁੜੀ ਸੀ, ਜਦ ਵਜੇ ਚੋਟ ਨਗਾਰੇ ਤੇ ਤਦ ਧਮਕ ਪੈਂਦੀ ਵਿੱਚ ਦਿੱਲੀ ਸੀ, ਜਦ ਕੇਸਰੀ ਉੱਚਾ ਲਹਿਰਾਇਆ ਤੱਕ ਕੁੱਲ ਹਕੂਮਤ ਹਿੱਲੀ ਸੀ, ਰੱਜਿਆ ਤਖ ਤੇ ਅਕਾਲ ਵੇਖ ਕੇ ਮੁਗਲ ਮੀਰ ਸਭ ਕੰਬ ਗਿਆ, ਚੜ੍ਹਤਾਂ ਵੇਖ ਗੁਰੂ ਹਰਗੋਬਿੰਦ ਦੀਆਂ ਜਹਾਂਗੀਰ ਸੀ ਕੰਬ ਗਿਆ, ਮੀਰੀ ਪੀਰੀ ਦੇ ਮਾਲਕ ਮਹਾਰਾਜ ਨੇ ਨਾ ਸਾਨੂੰ ਜੀਵਨ ਜਾਤ ਦੱਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਨਮਾਨ ਜੋ ਖਾਲਸਾ ਜੀ ਦੁਨੀਆਂ ਜ਼ਿੰਦਗੀ ਵਿੱਚੋਂ ਜ਼ਿੰਦਗੀ ਲੱਭਦੀ ਤਾਂ ਨਹੀਂ ਲੱਭਦੀ, ਗੁਰੂ ਨਾਨਕ ਦੇ ਦਰ ਨੇ ਮੌਤ ਵਿੱਚੋਂ ਜ਼ਿੰਦਗੀ ਲੱਭਣ ਦਾ ਸਾਨੂੰ ਸੁਚੱਜ ਦੱਸਿਆ ਕਿ ਮੌਤ ਵਿੱਚੋਂ ਜ਼ਿੰਦਗੀ ਕਿਵੇਂ ਲੱਭੀ, ਮਹਾਰਾਜ ਨੇ ਪਹਿਲੀ ਜੰਗ ਲੜੀ 1628 ਵਿੱਚ, ਜਿਹੜੀ ਜੰਗ ਤੁਹਾਡੀ ਖਿਦਮਤ ਵਿੱਚ ਕਹਿਣ ਲੱਗਾ ਸ਼ਾਇਦ ਬਹੁਤ ਘੱਟ ਸੁਣੀ ਹੋਵੇਗੀ ਤੇ ਤੁਹਾਡੇ ਮਨ ਵਿੱਚ ਆਵੇਗਾ ਵੀ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ, ਅਸੀਂ ਚਾਰੇ ਸੁਣੀਆਂ, ਤੂੰ ਕੀ ਨਵਾਂ ਕਹਿਣਾ, ਚਾਰ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ 6 ਜੰਗਾਂ ਲੜੀਆਂ, 6 ਆ 6ਵੀਂ ਜੰਗ ਤੁਹਾਡੀ ਖਿਦਮਤ ਵਿੱਚ ਰੱਖਣ ਲੱਗਾ। 1628 ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲੀ ਜੰਗ ਲੜੀ, ਇੱਕ ਬੰਨੇ ਮਹਾਰਾਜ ਦੇ ਕੋਲੇ 1800 ਯੋਧਾ, ਦੂਜੇ ਬੰਨੇ ਚੜ੍ਹਾਈ ਕਰਨ ਵਾਲਿਆਂ ਦੀ ਗਿਣਤੀ 7500, ਦੂਜੀ ਜੰਗ ਲੜੀ ਇੱਕ ਬੰਨੇ 15000 ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ 2200, ਤੀਜੀ ਜੰਗ ਲੜੀ ਇੱਕ ਬੰਨੇ 35000 ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ 2500-2600, ਚੌਥੀ ਜੰਗ ਲੜੀ ਇੱਕ ਬੰਨੇ 75000 ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਤਕਰੀਬਨ 4400 ਦੇ ਲਗਭਗ ਯੋਧਾ। ਲਓ ਜੀ ਚੌਥੀ ਜੰਗ ਮਹਾਰਾਜ ਨੇ ਲੜੀ, ਸਤਿਗੁਰੂ ਨੇ 2 ਡੈਡ ਬੋਡੀਆਂ, ਇੱਕ ਤੇ ਬੰਦਾ ਸਹਿਕ ਦਾ ਆਪਣੀ ਗੋਦੀ ਚ ਪਾਇਆ, ਪੈਂਦੇ ਖਾਨ ਮਹਾਰਾਜ ਦੀ ਗੋਦੀ ਚ ਮਰਿਆ, ਇੱਕ ਬੰਦਾ ਰਾਜਪੂਤਾਂ ਦਾ ਮੈਦਾਨੇ ਜੰਗ ਵਿੱਚ ਸਹਿਕ ਰਿਹਾ, ਮਹਾਰਾਜ ਨੇ ਉਹਨੂੰ ਵੀ ਚੁੱਕ ਕੇ ਗੋਦੀ ਚ ਪਾ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਪੁੱਤਰਾ
ਗੁਰੂ ਨਾਨਕ ਦੇ ਘਰ ਵਾਸਤੇ ਤੇਰੀ ਵੱਡੀ ਕਮਾਈ ਹੈ, ਮੰਗ ਕੀ ਮੰਗਦਾ? ਉਹ ਕਹਿੰਦਾ ਮਹਾਰਾਜ ਮੰਗ ਇਹੋ ਹੈ, ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ, ਬਸ ਇੱਕ ਕਿਰਪਾ ਕਰਿਓ। ਜਦੋਂ ਕਦੇ ਗੁਰੂ ਨਾਨਕ ਦੇ ਘਰ ਵੱਲੇ ਕੋਈ ਮੈਲੀ ਅੱਖ ਕਰਕੇ ਵੇਖੇ, ਮੇਰੇ ਧੀਆਂ ਪੁੱਤਰ ਮੈਦਾਨੇ ਜੰਗ ਵਿੱਚ ਵੀਰ ਗੱਦੀ ਪ੍ਰਾਪਤ ਕਰਕੇ ਸ਼ਹਾਦਤ ਦਾ ਜਾਮ ਪੀਣ, ਤੇ ਤੁਹਾਡੀ ਗੋਦੀ ਵਿੱਚ ਇਸੇ ਤਰ੍ਹਾਂ ਸੁਆਸੇ ਤਕ ਸਤਿਗੁਰੂ ਮਹਾਰਾਜ ਤਿਆਗਣ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਜੀ ਠੀਕ ਹੈ, ਇਹਦਾ ਨਾਂ ਹੈ ਭਾਈ ਸੈਨਾ ਸਿੰਘ। ਸੈਨਾ ਸਿੰਘ ਦਾ ਗਾਰੀ ਪੁੱਤਰ ਹੋਇਆ ਵਧਾਵਾ ਸਿੰਘ, ਵਧਾਵਾ ਸਿੰਘ ਦਾ ਪੁੱਤਰ ਹੋਇਆ ਗੰਡਾ ਸਿੰਘ, ਜਿਹਨੇ ਕੱਲੇ ਨੇ ਤਿੰਨ ਵਾਰੀ ਲਾਹੌਰ ਜਿੱਤਿਆ, ਕੱਲੇ ਨੇ ਤਿੰਨ ਵਾਰੀ ਲਾਹੌਰ। ਤੇ ਗਾੜੀ ਗੰਡਾ ਸਿੰਘ ਦਾ ਪੁੱਤਰ ਹੋਇਆ ਸਾਧੂ ਸਿੰਘ, ਸਾਧੂ ਸਿੰਘ ਦੇ ਤਿੰਨ ਪੁੱਤਰ ਹੋਏ ਭਾਈ ਹੇਮੂ, ਭਾਈ ਸਿਕੰਦਰ, ਭਾਈ ਚਾਹਾ, ਭਾਈ ਗੋਪਾਲਾ। ਭਾਈ ਗੋਪਾਲੇ ਦਾ ਪੁੱਤਰ ਹੋਇਆ ਭਾਈ ਦੇਵਾ, ਦੇਵੇ ਦੇ ਪੁੱਤਰ ਹੋਏ ਭਾਈ ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ। ਬਦਰ ਸਿੰਘ ਦੇ ਘਰ 3 ਨਵੰਬਰ 1718 ਈਸਵੀ ਨੂੰ ਇੱਕ ਬੱਚੇ ਦਾ ਜਨਮ ਹੋਇਆ, ਜਿਹਨੂੰ ਅੱਜ ਤੁਸੀਂ ਕਹਿੰਦੇ ਹੋ ਜੱਸਾ ਸਿੰਘ ਆਲੂ ਵਾਲੀਆ। ਮੇਰੇ ਤੋਂ ਪਹਿਲਾਂ ਜਿਹਦੀ ਦਾਸਤਾਨ ਸੁਣੀ ਹੈ, ਇੱਕ ਸਰੀਰ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਬਾਬੇ ਗੁਰਦਿੱਤੇ ਨੇ ਆਪਣੀ ਗੋਦੀ ਚ ਪਾਇਆ। ਮਹਾਰਾਜ ਕਰਦਿਆਂ ਕਰਦਿਆਂ ਉਹਦੇ ਕੋਲ ਚਲੇ ਗਏ, ਕਹਿੰਦੇ ਬਾਬਾ ਕੀ ਗੱਲ ਹੈ, ਕੀ ਗੱਲਾਂ ਕਰਦਾ ਹੈ, ਤੇ ਮਰਿਆ ਹੈ? ਬਾਬੇ ਗੁਰਦਿੱਤੇ ਨੇ ਆਖਿਆ ਨਹੀਂ ਮਹਾਰਾਜ ਮਰ ਨਹੀਂ ਸਕਦਾ। ਸਤਿਗੁਰੂ ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਮੈਂ ਇਸ ਬੰਦੇ ਤੇ ਬੜੇ ਤੀਰ, ਇਹਨੇ ਮੇਰੇ ਤੇ ਮਾਫ ਕਰਨਾ, ਇਸ ਬੰਦੇ ਨੇ ਮੇਰੇ ਤੇ ਬਹੁਤ ਤੀਰ ਚਲਾਏ, ਮੈਂ ਮੱਥੇ ਤੇ ਤਿਉੜੀ ਨਹੀਂ ਪਾਈ। ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਧਿਆਨ ਕਰਕੇ ਇੱਕੋ ਹੀ ਤੀਰ ਮਾਰਿਆ, ਮਹਾਰਾਜ ਉਦੋਂ ਦਾ ਮੇਰੇ ਨਾਲ ਬੋਲਦਾ ਹੀ ਨਹੀਂ। ਸਤਿਗੁਰੂ ਕਹਿੰਦੇ ਇਹਦੇ ਚਿਹਰੇ ਤੋਂ ਕੱਪੜਾ ਤੇ ਲਾਂਭੇ ਕਰ, ਪੁੱਤਰ ਜੀ ਵੇਖੀਏ ਤੇ ਸਹੀ ਤੀਰ ਵੱਜਾ ਕਿੱਥੇ। ਜਦੋਂ ਬਾਬੇ ਗੁਰਦਿੱਤੇ ਨੇ ਆਪਣਾ ਪੱਲੂ ਚੁੱਕ ਕੇ ਕੀਤਾ ਪਾਸੇ, ਤੇ ਤੀਰ ਮੱਥੇ ਵਿੱਚ ਵੱਜ ਕੇ ਤੇ ਗਿੱਚੀ ਥਣੀ ਬਾਹਰ ਜਾ ਚੁੱਕਾ ਸੀ। ਮੇਰੇ ਦਾਦੇ ਨੇ ਆਖਿਆ ਬਾਬਾ ਇਹਨੇ ਨੀ ਬੋਲਣਾ, ਤੀਰ ਤੇਰਾ ਟਿਕਾਣੇ ਲੱਗ ਗਿਆ। ਤੇ ਬਾਬੇ ਗੁਰਦਿੱਤੇ ਨੇ ਆਖਿਆ ਮਹਾਰਾਜ ਅਸੀਂ ਤੇ ਇਕੱਠੇ ਪੜ੍ਹੇ, ਇਕੱਠੇ ਖੇਡਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਪੁੱਤਰੋ ਗੱਲਾਂ ਵੱਖਰੀਆਂ ਨੇ, ਪਰ ਤੇਰਾ ਤੀਰ ਟਿਕਾਣੇ ਲੱਗ ਗਿਆ, ਬੋਲੇਗਾ ਨਹੀਂ। ਬਾਬੇ ਗੁਰਦਿੱਤੇ ਨੇ ਕਮਾਨ ਲਾਈ ਮੋਢੇ ਤੋਂ, ਰੱਖ ਦਿੱਤੀ ਮੈਦਾਨੇ ਜੰਗ ਵਿੱਚ, ਇੱਕ ਪਾਸਿਓ ਤੀਰਾਂ ਦਾ ਪੱਥਾ ਲਾਇਆ ਮੋਢੇ ਤੋਂ, ਰੱਖ ਦਿੱਤਾ ਮੈਦਾਨੇ ਜੰਗ ਵਿੱਚ। ਉਹਨੇ ਆਖਿਆ ਸਤਿਗੁਰੂ ਜੇ ਤੀਰਾਂ ਨਾਲ ਬੰਦੇ ਮਰ ਜਾਂਦੇ ਨੇ, ਅੱਜ ਤੋਂ ਬਾਅਦ ਬਾਬਾ ਗੁਰਦਿੱਤਾ ਕਦੇ ਤੀਰ ਤੇ ਤਲਵਾਰ ਨਹੀਂ ਚਲਾਵੇਗਾ। ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਸਬਰ ਦਾ ਸਾਡੇ ਅੰਦਰ ਇੱਕ ਪਿਆਲਾ, ਪਿਆਲਾ ਉਹਨੂੰ ਕਹਿੰਦੇ ਸਬਰ ਦਾ ਪਿਆਲਾ, ਉਹ ਕਿਹੇ ਕਿਹੇ ਦਾ ਭਰਦਾ? ਸਨਮਾਨਯੋਗ ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਨੂੰ ਦੂਜੀ ਗੱਲ ਕੋਈ ਨਹੀਂ ਕਹੀ। ਸਾਡੇ ਵਰਗਾ ਹੁੰਦਾ ਤੇ ਅੰਦਰ ਵਾੜ ਕੇ 20 ਸਵਾਲ ਕਰਦਾ ਉਹਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੱਖ ਨਾ ਕਿਹਾ। ਇਹਦੇ ਤੋਂ ਬਾਅਦ ਮਹਾਰਾਜ ਅੱਗੇ ਤੁਰੇ ਤੇ ਫਲਾਈ ਸਾਹਿਬ ਦੀ ਜੰਗ ਹੋਈ ਝੜਪ, ਮਹਾਰਾਜ ਨੇ ਉਹ ਵੀ ਲੜੀ, ਉਹ ਹੈ ਪੰਜਵਾਂ ਯੁੱਧ, ਉਹਨੂੰ ਕਹਿੰਦੇ ਝੜਪ। ਸਤਿਗੁਰੂ ਸੱਚੇ ਪਾਤਸ਼ਾਹ ਇੱਥੋਂ ਤੁਰੇ ਤੇ ਜਦੋਂ ਤੁਰੇ ਜਾ ਰਹੇ ਨਾ, ਰਸਤਾ ਇੱਕੋ ਰਸਤਾ ਅੱਗੇ ਜਾ ਕੇ ਬਣ ਜਾਂਦਾ ਟੀ ਪੁਆਇੰਟ, ਇੱਕ ਸੜਕ ਸੱਜੇ ਜਾਂਦੀ, ਇੱਕ ਸੜਕ ਜਾਂਦੀ ਖੱਬੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਬਾਬੇ ਗੁਰਦਿੱਤੇ ਨੂੰ ਆਖਿਆ ਬਾਬਾ ਤੁਸੀਂ, ਬਾਬਾ ਬਿਧੀ ਚੰਦ ਸਾਹਿਬ, ਸਾਰੇ ਦੇ ਸਾਰੇ ਸਿੱਖਾਂ ਸੱਜੇ ਪਾਸੇ ਵਾਲੀ ਪਹਾੜੀ ਤੇ ਜਾਓ, ਅਸੀਂ ਸ਼ਾਮਾਂ ਨੂੰ ਤੁਹਾਡੇ ਕੋਲ ਆਉਣੇ। ਬਾਬੇ ਗੁਰਦਿੱਤੇ ਨੇ ਆਖਿਆ ਮਹਾਰਾਜ ਚੱਲੇ ਕਿੱਥੇ ਹੋ? ਸਤਿਗੁਰੂ ਕਹਿੰਦੇ ਆਣ ਕੇ ਦੱਸਾਂਗੇ। ਮਹਾਰਾਜ ਆਪ ਖੱਬੇ ਪਾਸੇ ਚੜ ਗਏ, ਜਦੋਂ ਖੱਬੇ ਪਾਸੇ ਪਹਾੜੀ ਤੇ ਗਏ, ਇੱਕ ਬਜ਼ੁਰਗ ਬੈਠਾ, ਉਹਦੇ ਚਿਮਣੀਆਂ ਦੇ ਕੇਸ, ਉਹਦੇ ਪਰਵਟਿਆਂ ਦੇ ਕੇਸ ਜ਼ਮੀਨ ਨੂੰ ਲੱਗ ਚੁੱਕੇ ਨੇ ਜ਼ਮੀਨ ਨੂੰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਆਖਿਆ ਬਾਬਾ
ਜਦੋਂ ਬਾਬਾ ਸ਼ਬਦ ਕਿਹਾ ਨਾ, ਇਸ ਇਨਸਾਨ ਨੇ ਆਪਣੀਆਂ ਅੱਖਾਂ ਤੋਂ ਕੇਸ ਲਾਂਭੇ ਕਰਕੇ ਵੇਖਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਦੋਵੇਂ ਹੱਥ ਗਾੜੀ ਕੀਤੇ। ਮੇਰੇ ਸਤਿਗੁਰੂ ਕਹਿੰਦੇ, ਬਾਬਾ ਪਹਿਲੇ ਜਾਮੇ ਵਿੱਚ ਤੇਰੇ ਨਾਲ ਇੱਕ ਵਾਅਦਾ ਕੀਤਾ ਸੀਗਾ, ਉਹ ਵਾਅਦਾ ਪੂਰਾ ਕਰਨ ਵਾਸਤੇ ਆਏ, ਲਿਆ ਦੁੱਧ ਛਕਾ। ਉਹ ਬਜ਼ੁਰਗ ਨੇ ਆਖਿਆ, ਮਹਾਰਾਜ ਉਸੇ ਰੂਪ ਵਿੱਚ ਦਰਸ਼ਨ ਦਿਓ ਤੇ ਤੁਹਾਨੂੰ ਮੈਂ ਦੁੱਧ ਛਕਾਵਾਂ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਤੇ ਸਾਈਂ ਬੁੱਢਣ ਛਾ ਨੂੰ ਦਰਸ਼ਨ ਦਿੱਤੇ। ਉਹ ਲਿਆਂਦਾ ਉਹਨੇ ਕੱਢ ਕੇ ਪਿਆਲਾ ਦੁੱਧ ਦਾ, ਮਹਾਰਾਜ ਨੇ ਛਕਿਆ ਤੇ ਸਤਿਗੁਰੂ ਕਹਿੰਦੇ, ਕੁਝ ਮੰਗ। ਉਹ ਬਜ਼ੁਰਗ ਨੇ ਆਖਿਆ, ਮਹਾਰਾਜ ਜਿਵੇਂ ਮੇਰਾ ਜੀਵਨ ਸਾਂਭ ਲਿਆ ਜੇ ਉਵੇਂ ਮੇਰਾ ਮਰਨਾ ਵੀ ਸਾਂਭ ਲਿਆ। ਇਹ ਕੋਈ ਕੋਈ ਅਰਦਾਸ ਕਰਦਾ, ਜਿੰਨੇ ਆਪਾਂ ਬੈਠੇ ਨਾ ਮੇਰੇ ਸਮੇਤ, ਤੁਸੀਂ ਵੀ ਕੁਝ ਨਾ ਕੁਝ ਮੰਗਿਆ, ਮੈਂ ਵੀ ਕੁਝ ਨਾ ਕੁਝ ਇੱਥੋਂ ਮੰਗਿਆ, ਪਰ ਕਿਸੇ ਨੇ ਕਿਸੇ ਵਿਰਲੇ ਨੇ ਕਿਹਾ ਹੋਵੇਗਾ, ਮਹਾਰਾਜ ਜ਼ਿੰਦਗੀ ਤੂੰ ਦਿੱਤੀ ਸਾਡਾ ਮਰਨਾ ਸਾਂਭ ਲਵੀਂ। ਜਿਹੜਾ ਕਵੇ ਨਾ ਮਰਨਾ ਸਾਂਭ ਲਵੀਂ ਉਹ ਬਣਦਾ ਸੰਤ, ਜਿਹੜਾ ਕਵੇ ਨਾ ਮੇਰਾ ਮਰਨਾ ਸਾਂਭ ਲਈ ਉਹ ਬਣਦਾ ਬ੍ਰਹਮ ਗਿਆਨੀ। ਉਹਨੇ ਆਖਿਆ, ਮਹਾਰਾਜ ਤੁਸੀਂ ਮੇਰਾ ਜੀਵਨ ਤੇ ਸਮਝ ਸਤਿਗੁਰੂ ਸੱਚੇ ਪਾਤਸ਼ਾਹ ਸਵਾਰ ਦਿੱਤਾ, ਮੇਰਾ ਮਰਨਾ ਵੀ ਸਾਂਭ ਲਿਆ। ਗੁਰੂ ਹਰਗੋਬਿੰਦ ਸਾਹਿਬ ਨੇ ਸਿਰ ਤੇ ਹੱਥ ਰੱਖਿਆ। ਮਹਾਰਾਜ ਕਹਿੰਦੇ, ਬਾਬਾ ਨਿਹਾਲ ਭਇਓ, ਨਿਹਾਲ ਭਇਓ, ਨਿਹਾਲ ਭਇਓ, ਸਾਈਂ ਬੁੱਢਣ ਸ਼ਾਹ ਅਕਾਲ ਚਲਾਣਾ ਕਰ ਗਿਆ। ਅੱਜ ਵੀ ਅਰਦਾਸ ਬੇਨਤੀ ਕਰਕੇ ਜਾਇਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖ ਦੇ ਕਿਤੇ ਸਾਡੇ ਸਿਰ ਤੇ ਹੱਥ, ਤੇ ਕਹਿੰਦੇ ਤਿੰਨ ਵਾਰੀ ਗੁਰੂ ਕਿਆ ਸਿੱਖਾ, ਨਿਹਾਲ ਭਇਓ, ਨਿਹਾਲ ਭਇਓ, ਨਿਹਾਲ ਭਇਓ। ਪਰ ਮਹਾਰਾਜ ਕਹਿੰਦਾ, ਮੈਂ ਹੱਥ ਤੇ ਰੱਖ ਦੂੰ ਪਰ ਤੇਰਾ ਦਿਮਾਗ ਚੁੱਭਦਾ ਮੇਰੇ ਹੱਥ ਨੂੰ। ਮਹਾਰਾਜ ਦਿਮਾਗ ਕਿਉਂ ਚੁੱਭਦਾ? ਸਤਿਗੁਰੂ ਕਹਿੰਦੇ, ਜੇ ਸੋਚ ਹੀ ਮਾੜੀ ਲਈ ਫਿਰਦਾ ਹੱਥ ਕਿਵੇਂ ਰੱਖ ਦਿੱਤਾ? ਸੋਚ ਤੇ ਤੇਰੀ ਇਹ ਹੈ ਵੀ ਕਿਹੜਾ ਵੇਲਾ ਹੋਵੇ, ਗਵਾਂਢੀ 307 ਦੇ ਪਰਚੇ 'ਚ ਫਸੇ ਤੇ ਇੱਕ ਕਿੱਲਾ ਪੈਲੀ ਮੈਨੂੰ ਕਰੇ ਬੈ, ਮੇਰਾ ਟਰੈਕਟਰ ਸੌਖਾ ਪਹੁੰਚੂ ਗਾੜੀ ਤੱਕ। ਸੋਚ ਤੇ ਤੇਰੀ ਇਹ ਹੈ, ਤੇਰੇ ਸਿਰ ਤੇ ਹੱਥ ਕਿਵੇਂ ਰੱਖਾਂ? ਖੈਰ ਮੁੱਕ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਾੜੀ ਤੋਂ ਉਤਰੇ, ਦੂਜੀ ਪਹਾੜੀ ਤੇ ਚੜੇ, ਜਿਹਨੂੰ ਅੱਜ ਤੁਸੀਂ ਕਹਿੰਦੇ ਹੋ ਸ੍ਰੀ ਕੀਰਤਪੁਰ ਸਾਹਿਬ। ਮਹਾਰਾਜ ਉੱਥੇ ਗਏ, ਸਨਮਾਨ ਜੋ ਖਾਲਸਾ ਜੀ, ਇੱਕ ਮਿੰਟ ਵਾਸਤੇ ਧਿਆਨ ਰੱਖਿਓ, ਇਹਦੇ ਤੋਂ ਥੋੜੀ ਜੀ ਦੂਰ ਇੱਕ ਰਿਆਸਤ ਪੈਂਦੀ, ਉਹਨੂੰ ਕਹਿੰਦੇ ਹੰਡੂਰ ਰਿਆਸਤ, ਹੰਡੂਰ। ਉੱਥੋਂ ਦਾ ਰਾਜਾ ਹਿੰਮਤ ਚੰਦ, ਉਹਦਾ ਦੀਵਾਨ ਹੈ ਧਰਮ ਚੰਦ, ਤੇ ਹਿੰਮਤ ਚੰਦ ਹੰਡੂਰ ਦੀ ਰਿਆਸਤ ਤੋਂ ਲਾਂਭੇ ਪੈਂਦਾ ਰੋਪੜ, ਤੇ ਰੋਪੜ ਦਾ ਇੱਕ ਪਠਾਨ ਰਾਜਾ, ਉਹਦਾ ਨਾਮ, ਰਾਜੇ ਦਾ ਨਾਮ ਹੈ ਰੋਪੜ ਦਾ ਪਠਾਨ, ਸਨਮਾਨ ਜੋ ਖਾਲਸਾ ਜੀ, ਉਹ ਨਾਸਰ ਅਲੀ ਖਾਨ ਪਠਾਨ ਆਏ ਦਿਨ ਇਸ ਵਿਚਾਰੇ ਤੇ ਹਮਲੇ ਕਰਦਾ, ਇਹ ਹੈ ਹਿੰਦੂ। ਉਹ ਦੂਜੇ ਬੰਨੇ ਪਠਾਨ, ਪਠਾਨ ਕੌਮ ਬੜੀ ਬਲਵਾਨ ਕੌਮ ਹੈ। ਇੱਕ ਇੱਥੇ ਮੈਂ ਬੇਨਤੀ ਕਰਦਾ, 11:30 ਵਜੇ ਤੱਕ ਤੁਹਾਡੇ ਕੋਲ ਮੈਂ ਹੈਗਾ, ਮੇਰੇ ਸਵਾਲ ਦਾ ਜਵਾਬ ਹੋਵੇ ਤੇ ਜ਼ਰੂਰ ਦੇ ਦਿਓ। ਅਕਸਰ ਇਹ ਗੱਲ ਕਹੀ ਜਾਂਦੀ ਵੀ ਹਰੀ ਸਿੰਘ ਨਲੂਏ ਨੇ ਪਠਾਣਾਂ ਨੂੰ ਸਲਵਾਰਾਂ ਪਵਾਈਆਂ, ਗਲਤ ਬਾਤ, ਇਹ ਉਹਨਾਂ ਦਾ ਪਹਿਰਾਵਾ। ਅਫਗਾਨਿਸਤਾਨ ਜਿੱਤਿਆ ਹਰੀ ਸਿੰਘ ਨਲੂਏ ਨੇ, ਇਹ ਸੱਚ ਹੈ, ਪਰ ਜੇ ਕਹੀਏ ਸਲਵਾਰਾਂ ਪਵਾਈਆਂ, ਸਲਵਾਰਾਂ ਨਹੀਂ, ਇਹ ਉਹਨਾਂ ਦਾ ਜੱਦੀ ਪੁਰਸ਼ੀ ਪੁਰਾਤਨ ਵਕਤ ਤੋਂ ਹੀ ਉਹਨਾਂ ਦਾ ਪਹਿਰਾਵਾ ਤੁਰਿਆ ਆ ਰਿਹਾ। ਐਵੇਂ ਗਲਤ ਗੱਲ ਕਰਨੀ ਸਟੇਜ ਤੇ ਜਿਹੜੀ ਬਹੁਤ ਮਾੜੀ ਹੁੰਦੀ ਹੈ। ਖੈਰ ਸਨਮਾਨ ਜੋ ਖਾਲਸਾ ਜੀ, ਉਹ ਹਿੰਮਤ ਚੰਦ ਹੰਡੂਰੀਏ ਤੇ ਕਰਦਾ ਰੋਜ਼ ਹਮਲੇ। ਉਹਦੀ ਘਰਵਾਲੀ ਇੱਕ ਦਿਨ ਬੈਠੀ ਵਿਹੜੇ ਦੇ ਵਿੱਚ, ਉਹਨੇ ਆਕਾਸ਼ ਵੱਲੇ ਮੂੰਹ ਕਰਕੇ ਆਖਿਆ, ਰੱਬਾ ਸਾਨੂੰ ਕੋਈ ਦੁਨੀਆਂ ਤੇ ਬਚਾਉਣ ਵਾਲਾ ਨਹੀਂ ਹੈਗਾ, ਮੇਰੀ ਚੇਲੀ ਬਚਾਉਣ ਵਾਲਾ ਕੋਈ ਨਹੀਂ, ਆ ਮੇਰੀ 3 ਸਾਲਾਂ ਦੀ ਧੀ, ਇਹਦੀ ਇੱਜ਼ਤ ਬਚਾਉਣ ਵਾਲਾ ਦੁਨੀਆਂ ਤੇ ਕੋਈ ਨਹੀਂ। ਇਹ ਗੱਲ ਸੁਣ ਲਈ ਧਰਮ ਚੰਦ ਨੇ, ਉਹਨੇ ਕੋਲ ਆਣ ਕੇ ਨਾ ਉਸ ਰਾਜੇ ਦੀ ਰਾਣੀ ਨੂੰ ਆਖਿਆ, ਕਹਿੰਦਾ ਰਾਣੀ ਸਾਹਿਬਾ,
ਇੱਕ ਮੈਂ ਬੇਨਤੀ ਕਰਦਾ, ਤੂੰ ਆਪਣੇ ਦਿਲੋਂ ਅਰਦਾਸ ਕੀਤੀ ਤੇ ਤੁਹਾਡੀਆਂ ਚੁੰਨੀਆਂ ਬਚਾਉਣ ਵਾਲਾ ਆ ਗਿਆ, ਚੁੰਨੀਆਂ ਬਚਾਉਣ ਵਾਲਾ। ਉਹਨੇ ਆਖਿਆ ਉਹ ਕੌਣ? ਤੇ ਧਰਮ ਚੰਦ ਨੇ ਆਖਿਆ, ਕਹਿਣ ਲੱਗਾ ਰਾਣੀ ਸਾਹਿਬਾ ਉਹ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਛੇਵੀਂ ਜੋਤ, ਉਹਨੂੰ ਕਹਿੰਦੇ ਮੇਰੀ ਤੇ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ, ਉਹ ਆ ਗਿਆ ਤੁਹਾਡੀ ਰਿਆਸਤ ਵਿੱਚ, ਤੁਹਾਡੀਆਂ ਚੁੰਨੀਆਂ ਨੂੰ ਕੋਈ ਖਤਰਾ ਨਹੀਂ, ਅੱਜ ਤੁਹਾਡੀਆਂ ਪੱਗਾਂ ਨੂੰ ਕੋਈ ਖਤਰਾ ਨਹੀਂ। ਉਹਨੇ ਆਖਿਆ ਵੇ ਵੀਰ ਚੱਲ ਫਿਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਕਰੀਏ ਅਰਦਾਸ। ਉਹਨੇ 23 ਸਾਲਾਂ ਦੀ ਲੜਕੀ ਲਈ ਨਾਲ, 18 ਸਾਲਾਂ ਦਾ ਲੈ ਲਿਆ ਮੁੰਡਾ, ਤੇ ਤੁਰਿਆ ਹਿੰਮਤ ਚੰਦ ਹੰਡੂਰੀਆ, ਧਰਮ ਚੰਦ ਦੀਵਾਨ ਆ ਗਿਆ ਮੀਰੀ ਪੀਰੀ ਦੇ ਮਾਲਕ ਮਹਾਰਾਜ ਦੇ ਚਰਨਾਂ ਵਿੱਚ, ਜਿੱਥੇ ਸਤਿਗੁਰੂ ਕੀਰਤਪੁਰ ਸਾਹਿਬ ਬੈਠੇ ਨੇ। ਆਣ ਕੇ ਮਹਾਰਾਜ ਦੇ ਚਰਨਾਂ ਵਿੱਚ ਹਿੰਮਤ ਚੰਦ ਹੰਡੂਰੀਏ ਨੇ ਜਿਵੇਂ ਫਰਿਆਦ ਕੀਤੀ, ਉਹਦੀ ਘਰਵਾਲੀ ਨੇ ਹੱਥ ਜੋੜ ਕੇ ਜਿਵੇਂ ਲਿਲਕੜੀਆਂ ਕੱਢੀਆਂ, ਉਹਨਾਂ ਲਾਈਨਾਂ ਨੂੰ ਲਾਲੂ ਘੁੰਮਣ ਦਾ ਢਾਡੀ ਜਥਾ ਬੇਨਤੀ ਐਂ ਕਰ। ਹਿੰਮਤ ਚੰਦ ਹੰਡੂਰੀਏ ਅੱਜ ਕੀਤੀ, ਡਾਰੀ ਆਇਆ ਦੀ ਰੱਖ ਲੋ ਲਾਲ ਵਰਜੀ, ਡਾਰੀ ਆਇਆ ਦੀ ਰੱਖ ਲੋ ਲਾਲ ਵਰਜੀ।
ਚੰਦ ਹੰਡੂਰ ਗਏ ਅਰਜ ਕੀਤੀ ਦਰਿਆਏ ਦੀ ਰੱਖ ਲਓ ਲਾਜ ਗੁਰਜੀ ਮੇਰੀ ਪੀਰੀ ਦੇ ਮਾਲਕ ਹੋ ਸਰਬ ਸਾਂਝੇ ਮੇਰੀ ਦੁਖੀ ਦੀ ਸੁਣੋ ਫਰਿਆਦ ਗੁਰਜੀ ਰਾਜਾ ਰੋਪੜ ਦਾ ਨਸ ਰੱਖਾਂ ਬਹੁਤ ਭੈੜਾ ਰਾਜੇ ਕੁੱਲ ਹੀ ਕੀਤੇ ਮੁਥਾਜ ਗੁਰਜੀ ਦੇ ਦੇ ਧਮਕੀਆਂ ਜੀਣਾ ਮੁਹਾਲ ਕੀਤਾ ਮੇਰੇ ਰਾਜ ਨੂੰ ਕਰੂ ਬਰਬਾਦ ਗੁਰਜੀ ਮੇਰੇ ਕੋਲ ਨੇ ਫੌਜਾਂ ਹਥਿਆਰ ਥੋੜੇ ਨਾ ਹੀ ਤੋਪਾਂ ਦੀ ਬਹੁਤੀ ਪਰਵਾਜ ਗੁਰਜੀ ਲਾਲੂ ਘੁੰਮਣ ਦੀ ਝੋਲੀ ਵਿੱਚ ਖੈਰ ਪਾ ਦੋ ਹੋ ਕੇ ਜਾਵਾਂ ਨਾ ਦਰੋ ਨਾਰਾਜ ਗੁਰਜੀ ਉਹਨੇ ਆਖਿਆ ਮਹਾਰਾਜ ਮੇਰੀ ਪੱਗ ਬਚਾਓ ਆ ਨੋਟ ਕਰਿਓ ਵੀਰ ਪੱਗਾਂ ਵਾਲੇ ਤੇ ਭੈਣਾਂ ਚੁੰਨੀ ਵਾਲੀਆਂ ਉਹਨੇ ਆਖਿਆ ਮਹਾਰਾਜ ਮੇਰੀ ਪੱਗ ਬਚਾਓ ਤੇ ਜੇ ਮੈਂ ਆਪਣੇ ਸਵਾਲ ਨੂੰ ਸਪਸ਼ਟ ਨਾ ਕਰਾਂ ਤੇ ਤੁਸੀਂ ਮੈਨੂੰ ਬਾਂਹ ਤੋਂ ਪਕੜ ਕੇ ਥੱਲੇ ਉਤਰਦੇ ਨੂੰ ਕਹੋਗੇ ਵੀ ਹਿੰਦੂ ਪੱਗਾਂ ਬੰਨਦੇ ਤੇ ਮੇਰਾ ਜਵਾਬ ਹੈ 1712 ਤੱਕ ਹਿੰਦੂ ਵੀਰ ਪੱਗਾਂ ਵੀ ਬੰਨਦੇ ਸੀ ਤੇ ਦਾੜੀਆਂ ਵੀ ਰੱਖਦੇ ਸੀ ਕੇਸ ਨਹੀਂ ਸੀ ਮਨਾਉਂਦੇ ਇਹ ਮੁੜ ਕੇ ਬਹਾਦਰ ਸ਼ਾਹ ਨੇ ਐਲਾਨ ਕੀਤਾ ਸੀਗਾ ਫਿਰ ਹਿੰਦੂ ਵੀਰਾਂ ਨੇ ਆਪਣੀਆਂ ਪੱਗਾਂ ਵੀ ਲਾਈਆਂ ਤੇ ਆਪਣੇ ਦਾੜੇ ਦੇ ਕੇਸ ਆਪਣੇ ਸਿਰ ਦੇ ਕੇਸ ਜਿਹੜੇ ਸੀ ਕਟਾਉਣੇ ਸ਼ੁਰੂ ਕਰ ਉਹਨੇ ਆਖਿਆ ਮਹਾਰਾਜ ਮੇਰੀ ਪੱਗ ਬਚਾਓ ਤੇ ਭੈਣੋ ਉਹਦੀ ਘਰਵਾਲੀ ਨੇ ਆਖਿਆ ਮਹਾਰਾਜ ਮੇਰੀ ਗਰੀਬਣੀ ਦੀ ਚੁੰਨੀ ਬਚਾਓ ਉਹ ਚੁੰਨੀ ਲੈਂਦੀ ਸੀ ਇੱਥੇ ਇੱਕ ਬੇਨਤੀ ਮੇਰੀ ਨੋਟ ਕਰ ਲਓ ਭਾਰਤ ਦੀ ਧਰਤੀ ਤੇ ਇੱਕ ਦ੍ਰੋਪਦੀ ਦਾ ਚੀਰ ਹਰਨ ਹੋਇਆ ਉਹਦੇ ਸਿਰ ਤੋਂ ਚੁੰਨੀ ਲੱਥੀ ਤੇ ਪੂਰੇ ਭਾਰਤ ਵਿੱਚ ਪਰਲੋ ਆ ਗਈ ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਜਦੋਂ ਸਿਰ ਤੋਂ ਨੰਗੀ ਹੋ ਗਈ ਨਾ ਨੰਗੀ ਵਿਚਾਰੀ ਸਿਰੋਂ ਚੀਰ ਲੱਥ ਗਿਆ ਤੇ ਕੁਝ ਸਮੇਂ ਬਾਅਦ ਜਦੋਂ ਗਈ ਨਾ ਘਰੇ ਜਦੋਂ ਪੈਜ ਰੱਖੀ ਕ੍ਰਿਸ਼ਨ ਭਗਵਾਨ ਨੇ ਤੇ ਜਦੋਂ ਘਰੇ ਗਈ ਤੇ ਪੰਜ ਪਾਂਡੋ ਕਹਿੰਦੇ ਸਿਰ ਤੱਕ ਲਾ ਵਾਲ ਬੰਨ ਲਾ ਉਹ ਕਹਿੰਦੀ ਕਿਉਂ ਉਹ ਕਹਿੰਦਾ ਭੀਮ ਨੇ ਆਖਿਆ ਵੀ ਦ੍ਰੋਪਦੀ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਔਰਤ ਕਿਹੜੀ ਸਿਰੋਂ ਨੰਗੀ ਰਹਿੰਦੀ ਆ ਤੇ ਦ੍ਰੋਪਦੀ ਨੇ ਆਖਿਆ ਦੱਸ ਕਿਹੜੀ ਰਹਿੰਦੀ ਆ ਭੀਮ ਨੇ ਆਖਿਆ ਕਹਿੰਦਾ ਜਿਹਦਾ ਪਤੀ ਮਰ ਜਾ ਉਹਨੂੰ ਸਿਆਣੇ ਕਹਿੰਦੇ ਸਿਰੋਂ ਨੰਗੀ ਹੋ ਗਈ ਅਸੀਂ ਤੇ ਤੇਰੇ ਪੰਜ ਚ ਪੰਜ ਉਹਨੇ ਹਾਂ ਡੁੱਬ ਕੇ ਮਰ ਜਾਓ ਪੰਜੇ ਦੇ ਪੰਜੇ ਤੁਹਾਡੇ ਸਾਹਮਣੇ ਮੇਰੀ ਸਾੜੀ ਦੇ ਪੱਲੇ ਨੂੰ ਹੱਥ ਪਾਇਆ ਤੁਹਾਨੂੰ ਸ਼ਰਮ ਨਾ ਆਈ ਉਹਨੇ ਪਤਾ ਕੀ ਕਿਹਾ ਵੀ ਜਿਹਦਾ ਪਤੀ ਮਰ ਜਾਵੇ ਮੁੜ ਕੇ ਸਿਆਣੇ ਕਹਿੰਦੇ ਉਹ ਸਿਰੋਂ ਨੰਗੀ ਹੋ ਗਈ ਅੱਜ ਅਸੀਂ ਆ ਵਿਚਾਰੇ ਜੀਂਦੇ ਜਾਗਦੇ ਮਾਰ ਕੇ ਰੱਖ ਦਿੰਦੇ ਆ ਵਿਚਾਰੇ ਜੀਂਦੇ ਜਾਗਦੇ ਮਾਰੇ ਅਸੀਂ ਵਿਆਹਾਂ ਸ਼ਾਦੀਆਂ ਚ ਵੇਖ ਲਿਓ ਜਾ ਕੇ ਸੱਸ ਨੇ ਸਿਰ ਢੱਕਿਆ ਹੁੰਦਾ ਚੁੰਨੀ ਨੇ ਆ ਨੌ ਨੇ ਚੁੰਨੀਆਂ ਪਾਈ ਹੁੰਦੀ ਅਬਲ ਤੇ ਮੈਨੂੰ ਮਾਫੀ ਦੇ ਦਿਓ ਅੱਜ ਚੁੰਨੀਆਂ ਰਹਿ ਹੀ ਨਹੀਂ ਗਈਆਂ ਚੁੰਨੀਆਂ ਕਿੱਥੇ ਰਹਿ ਗਈਆਂ ਇਹ ਮੁੜ ਕੇ ਨਾ ਜਾ ਕੇ ਦੁਕਾਨ ਤੇ ਕਹਣ ਗਿਆ ਬਤਾਊਟ ਆ ਜਿਹੜਾ ਨਾ ਚੀਰਾ ਜਿਹਨੂੰ ਕਹਿੰਦੇ ਚੀਰਾ ਇਹਨੂੰ ਅੱਜ ਦੁਪੱਟਾ ਕਹਿਣ ਗਿਆ ਬਤਾਊਟ ਦੁਪੱਟਾ ਦਿਖਾਇਓ ਕੋਈ ਸੂਟ ਜਿਹਨਾਂ ਦੁਪੱਟਾ ਨਾ ਲੱਗਾ ਹੋਵੇ ਉਹ ਵੈਸੇ ਚੰਗਾ ਹੋ ਗਿਆ ਪੈਸੇ ਤੁਹਾਡੇ ਵੀ ਬਚਦੇ ਉਹਨਾਂ ਵਿਚਾਰੀਆਂ ਨੇ ਕਿਹੜੇ ਸਿਰ ਤੇ ਲੈਣੇ ਹੁੰਦੇ ਆ ਸੂਟ ਦਾ 700 ਦੇ ਦਿਆ ਕਰੋ 300-400 ਰੁਪਇਆ ਚੁੰਨੀਆਂ ਦਾ ਬਚ ਗਿਆ ਇਹ ਭੈਣੋ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਕੇ ਚੱਲਿਆ ਤੁਸੀਂ ਮੇਰੀ ਕੌਮ ਦਾ ਭਵਿੱਖ ਜੇ ਆਉਣ ਵਾਲੇ ਬੱਚਿਆਂ ਨੂੰ ਸੇਧ ਆ ਤੁਹਾਡੇ 'ਚ ਪੁਰਾਣੀਆਂ ਮਤਾਵਾਂ ਬੈਠੀਆਂ ਇਹਨਾਂ ਦੇ ਨਾ ਜਿਹੜੇ ਕੁੜਤੇ ਹੁੰਦੇ ਕਫਾਂ ਵਾਲੇ ਤੇ ਕਾਲਰ ਵਾਲੇ ਕੁੜਤੇ ਹੁੰਦੇ ਨਾ ਬਜ਼ੁਰਗ ਮਤਾਵਾਂ ਦੇ ਇਹਨਾਂ ਵੱਲੇ ਵੇਖ ਕੇ ਸ਼ਰਮਨਾਕ ਨਹੀਂ ਨਿਮੀ ਗਾਂ ਸਾਡਾ ਪਹਿਰਾਵਾ ਕਿਹੋ ਜਿਹਾ ਕਿਹੋ ਜਿਹਾ ਸਾਡਾ ਪਹਿਰਾਵਾ ਸਿਰਾਂ ਤੇ ਸਾਡੇ ਚੁੰਨੀਆਂ ਨਹੀਂ ਰਹਿ ਗਈਆਂ ਤੇ ਜੇ ਤੁਸੀਂ ਕਹੋ ਨਾ ਲਾਲੂ ਘੁੰਮਣਾ ਤੂੰ ਝੂਠ ਬੋਲਦਾ ਜਿੱਦਾਂ ਤੁਹਾਡੀ ਰਿਸ਼ਤੇਦਾਰੀ 'ਚ ਕਿਤੇ ਵਿਆਹ ਹੋਇਆ ਫਿਰ ਆਪੇ ਵੇਖ ਲਿਓ ਝਾਤੀ ਮਾਰ ਕੇ ਘਰਾਂ 'ਚ ਕੀ ਕੁਝ ਬਣਦਾ ਇਹ ਚੁੰਨੀਆਂ ਸਾਡੀ ਪੰਤ ਸੀ ਇਹ ਸਾਡੀ ਇੱਜ਼ਤ ਸੀ
ਸਤਿਗੁਰੂ ਮਹਾਰਾਜ ਰਹਿਮਤ ਕਰੇ, ਅੱਜ ਤੁਹਾਨੂੰ 200 ਗ੍ਰਾਮ ਦੀ ਚੁੰਨੀ ਵੀ ਭਾਰੀ ਲੱਗਦੀ ਹੈ, ਪਰ ਉਹ ਮਾਤਾ ਭਾਗ ਕੌਰ ਜਿਨੇ ਸਿਰ ਤੇ ਦਮਾਲਾ ਬੰਨ ਕੇ ਉੱਤੇ ਚੱਕਰ ਸਜਾ ਕੇ ਤੇ ਮੁਕਤਸਰ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਵਾਢੀ ਪਾ ਕੇ ਰੱਖਦੀ ਸੀ, ਉਹਨੂੰ ਨਹੀਂ ਦਸਤਾਰ ਭਾਰੀ ਲੱਗਦੀ ਵਿਚਾਰੀ। ਸਤਿਗੁਰੂ ਰਹਿਮਤ ਕਰੇ ਮਹਾਰਾਜ ਆਪਣੇ ਘਰ ਨੂੰ ਪਰਤ ਗਏ। ਸਾਡਾ ਇੱਕ ਮੈਂ ਬੇਨਤੀ ਕਰਦਾ, ਉਹ ਬਾਹਰ ਲਿਆਂਦਾ ਨੰਗੇਜ ਅਹੀ ਲੈ ਆਂਦਾ ਇੱਥੇ, ਉਹ ਬਾਹਰ ਲਿਆਂਦਾ ਨੰਗੇਜ ਵੀ ਲੈ ਆਂਦਾ, ਉਹਨਾਂ ਦਾ ਖਾਣਾ ਪਾਉਣਾ ਵੀ ਲੈ ਆਂਦਾ, ਉਹਨਾਂ ਦੀ ਮੱਤ ਵੀ ਤੇ ਲੈ ਕੇ ਆਈਏ ਨਾ, ਉਹਨਾਂ ਵਿੱਚ ਇਮਾਨਦਾਰੀ ਪਤਾ ਕਿੰਨੀ, ਉਹਨਾਂ ਲੋਕਾਂ ਦੇ ਵਿੱਚ ਇਮਾਨਦਾਰੀ। ਜੇ ਕਿਤੇ ਕਿਸੇ ਮੌਲ ਵਿੱਚ ਤੁਹਾਡਾ $1 ਵੀ ਰਹਿ ਜਾਵੇ ਨਾ, $1 ਉਹ ਭੱਜ ਕੇ ਆਣ ਕੇ ਆਵਾਜ਼ ਦਿੰਦੇ ਨੇ, ਜੈਂਟਲਮੈਨ ਤੇਰਾ $1 ਸਾਡੇ ਕੋਲ ਰਹਿ ਗਿਆ, ਲੈ ਜਾ ਇੱਥੇ ਇੱਥੇ ਕਿਸੇ ਦਾ ਪਰਸ ਡਿੱਗਾ ਹੋਵੇ ਤਾਂ ਦਾਦਾ ਉੱਤੇ ਪੈ, ਥੋੜਾ ਜਿਹਾ ਗਾਂਹ ਚੱਲ ਜੇ ਤੇ ਫੇਰ ਹੀ ਹੱਥ ਪਾਉਣਾ। ਮੈਂ ਬੇਨਤੀ ਕਰਦਾ ਤੁਹਾਡੇ ਸਾਲਾਂ ਦੀ ਕਰਕੇ ਵਾਪਸ ਕਰਾਂਗਾ, ਜੇ ਮੇਰੇ ਮਨ ਨੂੰ ਚੰਗੀ ਤੇ ਲੱਗ ਗਈ ਤੇ ਨਿਕਾਹ ਮੈਂ ਕਰ ਲੈਣਾ ਉਹਦੇ ਨਾਲ, ਜੇ ਚੰਗੀ ਨਾ ਲੱਗੀ ਤੇ 23 ਸਾਲਾਂ ਤੱਕ ਮੇਰਿਆਂ ਮਹਿਲਾਂ ਚ ਰਹੇਗੀ ਤੇ 23 ਸਾਲਾਂ ਤੋਂ ਬਾਅਦ ਮੈਂ ਤੁਹਾਡੇ ਘਰ ਭੇਜ ਦੇਵਾਂਗਾ। ਪਹਿਲਾ ਹੁਕਮ ਉਹਦਾ ਇਹ, ਮਹਾਰਾਜ ਕਹਿੰਦੇ ਦੂਜਾ, ਕਹਿੰਦਾ ਮਹਾਰਾਜ ਦੂਜਾ ਹੁਕਮ ਉਹਦਾ ਇਹ ਆ ਵੀ ਕਿਸੇ ਦੇ ਹਿੰਦੂ ਦੇ ਘਰ ਵਿੱਚ ਗਾਂ ਬਿਮਾਰ ਹੋ ਜਾਵੇ ਉਹਨੂੰ ਪਹਿਲਾਂ ਦੱਸਣਾ, ਤੇ ਜੇ ਮਹਾਰਾਜ ਗਾਂ ਬਿਮਾਰ ਹੋ ਜਾਵੇ ਦੱਸੀਏ ਨਾ ਤੇ ਗਾਂ ਜਾਵੇ ਮਰ, ਤੇ ਮਰਨ ਤੋਂ ਬਾਅਦ ਉਹਨੂੰ ਲੱਗੇ ਪਤਾ, ਮਹਾਰਾਜ ਉਹ ਗਾਂ ਦੇ ਲਾਗੇ ਸਾਰਾ ਹਿੰਦੂ ਪਰਿਵਾਰ ਖਿਲਾਰ ਕੇ ਤੇ ਵੱਢ ਕੇ ਰੱਖ ਦਿੰਦਾ। ਇਹ ਦੋ ਹੁਕਮ ਜਾਰੀ ਕੀਤੇ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛਾਲ ਮਾਰ ਕੇ ਉੱਠੇ, ਸਤਿਗੁਰੂ ਦੀਆਂ ਪਵਾਂ ਤੜੀਆਂ। ਮਹਾਰਾਜ ਨੇ ਹਿੰਮਤ ਚੰਦ ਨੂੰ ਮੋਢੇ ਤੋਂ ਪਕੜ ਕੇ ਆਖਿਆ, ਹਿੰਮਤ ਚੰਦਾ ਅੱਜ ਗੁਰੂ ਨਾਨਕ ਦਾ ਦਰ ਤੁਹਾਡੇ ਨਾਲ ਵਾਅਦਾ ਕਰਦਾ, ਅੱਜ ਤੋਂ ਬਾਅਦ ਧੀਏ ਤੇਰੀ ਚੁੰਨੀ ਨੂੰ ਕੋਈ ਹੱਥ ਨਹੀਂ ਪਾਵੇਗਾ, ਹਿੰਮਤ ਚੰਦਾ ਤੇਰੀ ਪੱਗ ਨੂੰ ਹੱਥ ਨਹੀਂ ਕੋਈ ਵੀ ਪਾਵੇਗਾ, ਤੇਰੀ ਧੀ ਮੇਰੀ ਧੀ ਹੈ, ਇਹਦੀ ਇੱਜ਼ਤ ਵੱਲੇ ਅੱਜ ਤੋਂ ਬਾਅਦ ਕੋਈ ਮੈਲੀ ਨਿਗਾਹ ਕਰਕੇ ਨਹੀਂ ਵੇਖੇਗਾ। ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕਿਹਾ ਸੀ ਵੀ ਤੇਰੀ ਧੀ ਸਾਡੀ ਧੀ ਇਹਦੇ ਵੱਲੇ ਕੋਈ ਮੈਲੀ ਨਿਗਾਹ ਕਰਕੇ ਨਹੀਂ ਵੇਖੇਗਾ। ਤੇ ਓ ਕੀ ਬਣ ਗਿਆ ਅੱਜ, ਇੱਕ ਬਲਜਿੰਦਰ ਸਿੰਘ ਨਾ ਨਾ ਬਾਬਾ ਲਾਇਆ, ਉਹ ਵੀਡੀਓ ਵੇਖ ਲਈਆਂ ਤੁਸੀਂ, ਜੋ ਉਹਨੇ ਗੁਰਦੁਆਰੇ ਦੇ ਵਿੱਚ ਗੰਦ ਪਾਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਾ ਕੇ ਰੋਕਿਆ, ਕਿੰਨਾ ਕਹੀ ਸਾਥ ਦੇਣ ਦਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ, ਕਿੰਨਾ ਕੁ ਵਿਚਾਰੇ ਦਾ ਸਾਥ ਦੇਂਦਾ, ਉਹ ਵਿਚਾਰਾ ਭੁੱਬਾ ਮਾਰ ਮਾਰ ਕੇ ਰੋਈ ਜਾਂਦਾ ਵੀ ਮੈਂ ਚੁੰਨੀਆਂ ਬਚਾਉਣ ਨੂੰ ਆਇਆ, ਉਹ ਮੈਂ ਭੈਣਾਂ ਦੀਆਂ ਇੱਜ਼ਤਾਂ, ਤੇ ਜਿਹੜੀ ਕੁੜੀ ਦੀ ਇੱਜ਼ਤ ਬਚਾਈ ਨਾ ਭੈਣੋ ਉਹ ਹੀ ਮੁੱਕਰ ਗਈ ਆ। ਉਹ ਕਹਿੰਦੇ ਮੈਨੂੰ ਬਾਬੇ ਨੇ ਕਿਹਾ ਹੀ ਕੁੜੀ, ਇੱਕ ਲਾਗੇ ਹੋਰ ਵਿਚਾਰੀ ਉਹ ਢੀਠ ਜੀ ਖਲੋਤੀ ਆ, ਮੈਨੂੰ ਤੇ ਮਾਫ਼ੀ ਦਿਓ, ਮੈਨੂੰ ਤੇ ਕੜੀ ਸ਼ਬਦ ਕਹਿਣ ਲੱਗਿਆ ਵੀ ਹੋਰ ਤਰ੍ਹਾਂ ਹੁੰਦਾ। ਉਹ ਕਹਿੰਦੀ ਸਾਡੇ 'ਚ ਕੀ ਕਮੀ, ਅਸੀਂ ਵੀ ਬਾਬੇ ਕੋਲ ਜਾਂਦੇ ਹਾਂ, ਸਾਨੂੰ ਤੇ ਕਦੀ ਬਾਬੇ ਨੇ ਮੈਲੀ ਨਿਗਾਹ ਨਾ ਵੇਖਿਆ ਨਹੀਂ। ਬੇੜਾ ਗਰਕਣ ਤੇ ਆਇਆ ਪਿਆ ਸਾਡੇ ਇਹਨਾਂ ਲੋਕਾਂ ਦਾ, ਇੱਕ ਬੰਨੇ ਕੋਈ ਚੁੰਨੀਆਂ ਦੀ ਗੱਲ ਕਰੇ ਤੇ ਦੂਜੀ ਬੰਨੇ ਜਿਹਦੇ ਨਾਲ ਉਹ ਬਾਬੇ ਨੇ ਕੁਕਰਮ ਕੀਤਾ ਉਹ ਵੀ ਕੁੜੀ ਮੁਕਰੀ ਜਾਂਦੀ, ਕਹਿੰਦੀ ਮੈਨੂੰ ਤੇ ਬਾਬੇ ਨੇ ਕਿਹਾ ਹੀ ਕੁੜੀ, ਤੇ ਕੌਣ ਬਚਾਵੇਗਾ ਚੁੰਨੀਆਂ ਗਾਂ ਨੂੰ ਸਾਡੀਆਂ, ਸਾਡੀ ਇੱਜ਼ਤ ਕੌਣ ਬਚਾਵੇ। ਤੋ ਸਤਿਗੁਰ ਮਹਾਰਾਜ ਕਿਰਪਾ ਕਰੇ, ਆ ਅੰਮ੍ਰਿਤ ਵੇਲੇ ਤੱਕ ਦੀਵਾਨ ਚੱਲਣਾ, ਇੱਕ ਬੇਨਤੀ ਕਰਦਾ ਅੱਜ ਤੋਂ ਬਾਅਦ ਜਮੀਰ ਨੂੰ ਜਗਾ ਕੇ ਜਾਇਓ, ਜਮੀਰ ਨੂੰ ਪੈ ਕੇ ਮੰਜੇ ਤੇ ਵੀ ਮਰ ਜਾਣਾ, ਹਾਰਟ ਅਟੈਕ ਆਣ ਕੇ ਵੀ ਮਰ ਜਾਣਾ, ਕਿਤੇ ਹੋ ਸਕਦਾ ਹੋਰ ਕੋਈ ਸਵਾਬ, ਮਰਦੇ ਸਾਰਿਆਂ ਜਾਣਾ। ਪਰ ਇੱਕ ਬੇਨਤੀ ਕਰਦਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਮਹਾਰਾਜ ਲੰਬੀ ਉਮਰ ਕਰੇ, ਉਹ ਨੌਜਵਾਨ ਮੁੰਡੇ ਦਾ ਨਾਂ ਰਵੇਗਾ ਦੁਨੀਆਂ ਤੇ ਆਉਣ ਵਾਲੇ ਸਮੇਂ 'ਚ। ਤੋ ਸਤਿਕਾਰਯੋਗ ਖਾਲਸਾ ਜੀ, ਹੁਣ ਹਿੰਮਤ ਚਾਹੁੰਦਾ ਹੰਡੂਰੀਏ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਤੇਰੀ ਧੀ ਵੱਲੇ ਕੋਈ ਮੈਲੀ ਨਿਗਾਹ ਕਰਕੇ ਨਹੀਂ ਵੇਖੇਗਾ, ਅੱਜ ਤੋਂ ਬਾਅਦ ਸਾਡੀ ਧੀ ਜਾ ਕੇ ਆਪਣੇ ਸਰਾਣੇ ਥੱਲੇ ਬਾਂਹ ਦੇ ਕੇ ਸੌ, ਅਸੀਂ ਜਾਣੀਏ ਤੇ ਸਾਡਾ ਕੰਮ ਜਾਣਾ। ਉਹਨੇ ਆਖਿਆ ਮਹਾਰਾਜ ਠੀਕ। ਉਹਨੂੰ ਪਤਾ ਸੀ ਗੁਰੂ ਨਾਨਕ ਦੇ ਘਰ ਨੇ ਹਾਂ ਕਰ ਦਿੱਤੀ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਜਦੋਂ ਹਾਂ ਹੋ ਜਾਵੇ ਉਦੋਂ ਲੱਥੀਆਂ ਹੋਈਆਂ ਚੁੰਨੀਆਂ ਦੁਬਾਰਾ ਸਿਰਾਂ ਤੇ ਰੱਖੀਆਂ ਜਾਂਦੀਆਂ। ਉਹ ਚਲੇ ਗਿਆ ਵਾਪਸ,
ਤੇ ਗੱਲ ਕਹਿੰਦੀ ਆ ਤੂੰ ਮੂੰਹੋਂ ਕੱਢ ਤੈਨੂੰ ਮੈਂ ਪਿੰਡੋਂ ਕੱਢਾਂ। ਇਹ ਜਿਹੜੇ ਗੱਲਬਾਤ ਹੋਈ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹ ਗੱਲ ਪਹੁੰਚ ਗਈ ਆ ਉਹ ਰੋਪੜ ਦੇ ਵਿੱਚ ਨਾਸਰ ਅਲੀ ਖਾਂ ਪਠਾਨ ਦੇ ਕੋਲ। ਉਹਦੇ ਸਿਪਾਹੀਆਂ ਨੇ ਆਖਿਆ ਜਹਾ ਪਨਾ ਤੂੰ ਇੱਥੇ ਨਾਸਾਂ ਫਲਾਈ ਜਾਂਦਾ, ਇੱਥੇ ਪਾਵਾਂ ਚੁੱਕੀ ਜਾਂਦਾ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੰਨੇ ਹਿੰਮਤ ਚਾਹੁੰਦਾ ਹੰਡੂਰੀਏ ਦੀ ਬਾਂਹ ਫੜ ਲਈ ਆ, ਤੇ ਜਿਹਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੜੇ ਨਾ, ਇੱਕ ਬੰਨੇ ਪੂਰਾ ਪੂਰੀ ਦੁਨੀਆਂ ਹੋਵੇ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਬ ਦਿਜਾ, ਜਾਂ ਮੈਂ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਉਹਨੇ ਆਖਿਆ ਕਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ, ਪਤਾ ਕਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਂਹ ਫੜੀ? ਜਿੰਨੇ 1628 ਵਿੱਚ ਪਹਿਲਾ ਯੁੱਧ ਲੜਿਆ ਮੁਖਲਸ ਖਾਨ ਵੱਢਿਆ, ਜਿੰਨੇ ਦੂਜਾ ਯੁੱਧ ਲੜਿਆ ਤੇ ਅਬਦੁੱਲਾ ਖਾਨ ਮਾਰਿਆ, ਜਿੰਨੇ ਤੀਜਾ ਯੁੱਧ ਲੜਿਆ ਲੱਲਾ ਬੇਗ, ਕਮਰ ਬੇਗ, ਕਾਸ਼ਮ ਬੇਗ, ਸ਼ਮਸ਼ ਬੇਗ, ਕਾਬਲੀ ਬੇਗ ਮਾਰੇ, ਜਿੰਨੇ ਚੌਥਾ ਯੁੱਧ ਲੜਿਆ ਕਾਲੇ ਖਾਂ ਵਰਗੇ ਪਠਾਨ ਵੱਢੇ ਤੇ ਪੈਂਦੇ ਖਾਂ ਵਰਗੇ ਮਾਰੇ, ਉਹ ਗੁਰੂ ਹਰਗੋਬਿੰਦ ਸਾਹਿਬ। ਤੇ ਨਾਸਰ ਅਲੀ ਖਾਨ ਨੇ ਪਠਾਨ ਨੇ ਆਖਿਆ ਕਹਿੰਦਾ ਇਦੋਂ ਪਹਿਲੋਂ ਗੁਰੂ ਹਰਗੋਬਿੰਦ ਸਾਹਿਬ ਉਹਦੀ ਮਦਦ ਤੇ ਆਵੇ, ਸਾਨੂੰ ਹਿੰਮਤ ਚੰਦ ਹੰਡੂਰੀਏ ਤੇ ਕਬਜ਼ਾ ਕਰਕੇ ਉਹਦੀ ਰਿਆਸਤ ਨੇ ਇਸ ਤੋਂ ਨਬੂਦ ਕਰ ਦੇਣੀ ਚਾਹੀਦੀ ਹੈ। ਐਤਕੀ ਹਿੰਮਤ ਚੰਦ ਹੰਡੂਰੀਆ ਛੱਡਣਾ ਨਹੀਂ, ਉਹਦੇ ਦੋ ਟੁਕੜੇ ਕਰਨੇ। ਉਹਨੇ ਕਰ ਲਿਆ 4-5 ਹਜ਼ਾਰ ਮੁਲਖਈਆ ਤਿਆਰ, ਤੇ ਜਦੋਂ ਹਵੇਲੀ ਚੋਂ ਲੱਗਾ ਨਾ ਨਿਕਲਣ, ਆ ਵੀ ਨੋਟ ਕਰ ਲਿਓ ਤੁਹਾਡੇ ਵੀ ਕੰਮ ਆਵੇਗੀ ਮੇਰੇ ਵੀ, ਉਹ ਜਦੋਂ ਹਵੇਲੀ ਚੋਂ ਲੱਗਾ ਨਿਕਲਣ ਤੇ ਹਵੇਲੀ ਦੇ ਬਾਹਰੋਂ ਆ ਗਿਆ ਉਹਦਾ ਸਕਾ ਭਤੀਜਾ, ਉਹਦਾ ਨਾਮ ਮੁਹੰਮਦ ਬੇਗ। ਉਹਨੇ ਤਾਏ ਦੇ ਘੋੜੇ ਦੇ ਗਾੜੀ ਘੋੜਾ ਕਰਕੇ ਆਖਿਆ ਤਾਇਆ ਜੀ ਕਿੱਧਰ ਨੂੰ ਚੜਾਈਆਂ? ਤਾਏ ਨੇ ਆਖਿਆ ਓ ਭਤੀਜਿਆ ਆ ਹਿੰਮਤ ਚੰਦ ਹੰਡੂਰੀਆ, ਮੇਰੇ ਬਰਖਲਾਫ ਇੱਕ ਮੱਕੜ ਜਾਲ ਬੁਣਦਾ ਫਿਰਦਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਮਦਦ ਲਈ ਆ, ਬਸ ਹੁਣੇ ਗਿਆ ਉਹਦਾ ਸਿਰ ਵੱਢ ਕੇ ਵਾਪਸ ਆਇਆ। ਤੇ ਭਤੀਜੇ ਨੇ ਗਾੜੀ ਨੂੰ ਪਤਾ ਕੀ ਆਖਿਆ? ਭਤੀਜੇ ਨੇ, ਭਤੀਜੇ ਹੁਣ ਤੇ ਉਹ ਜਾਏ ਹੋਣ, ਉਹਨੇ ਆਖਿਆ ਤਾਇਆ ਮੇਰੇ ਜੀਂਦੇ ਜੀ, ਜੇ ਮੇਰੇ ਜੀਂਦੇ ਜੀ ਤੁਸੀਂ ਮੈਦਾਨੇ ਜੰਗ ਵਿੱਚ ਜਾਓ ਤੇ ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਡੁੱਬ ਕੇ। ਤੇ ਤਾਏ ਨੇ ਪਤਾ ਕਿਹਾ? ਕਹਿੰਦਾ ਫਿਰ ਭਤੀਜਿਆ ਤੇਰਾ ਕੀ ਵਿਚਾਰ ਆ? ਉਹ ਕਹਿੰਦਾ ਤਾਇਆ ਮੈਂ ਜਾਵਾਂਗਾ। ਤੇ ਤਾਏ ਨੇ ਆਖਿਆ ਉਹ ਭਤੀਜਿਆ ਓਏ ਮੇਰਾ ਭਰਾ ਮਰ ਗਿਆ ਤੈਨੂੰ ਜਨਮ ਦੇਣ ਵਾਲਾ, ਜਦੋਂ ਤੂੰ ਮੇਰੀ ਹਵੇਲੀ ਵਿੱਚ ਆਉਣਾ ਤੇ ਤੇਰੇ ਵਿੱਚੋਂ ਮੈਨੂੰ ਆਪਣਾ ਭਰਾ ਦਿੰਦਾ। ਅੱਜ ਤਾਇਆ ਨੂੰ ਭਤੀਜਿਆਂ ਚੋਂ ਭਰਾ ਦੇ ਦਰਸ਼ਨ ਹੁੰਦੇ ਭਲਾ? ਅੱਜ ਤੇ ਰੱਬ ਨਾ ਕਰੇ ਕਿਸੇ ਦਾ ਭਰਾ ਨਾ ਦੁਨੀਆਂ ਤੋਂ ਜਾਵੇ। ਸਿਆਣੇ ਕਹਿੰਦੇ ਭਰਾ ਤੁਰ ਜਾਵੇ ਤੇ ਸੱਜੀਆਂ ਖੱਬੀਆਂ ਬਾਹਾਂ ਟੁੱਟ ਜਾਂਦੀਆਂ ਨੇ, ਪਰ ਜੇ ਕਿਤੇ ਅੱਜ ਰੱਬ ਨਾ ਕਰੇ ਭਰਾ ਤੁਰ ਜਾਵੇ ਤੇ ਵੱਡੇ ਭਰਾ ਦਾ ਜ਼ੋਰ ਲੱਗਾ ਹੁੰਦਾ, ਭਰਜਾਈ ਪਿੰਡੋਂ ਕਿਵੇਂ ਕੱਢਣੀ ਤੇ ਭਤੀਜੇ ਕਿਵੇਂ ਕੱਢਣੇ ਤੇ ਜ਼ਮੀਨ ਤੇ ਕਬਜ਼ਾ ਕਿਵੇਂ ਕਰਨਾ? ਅੱਜ ਕਿੱਥੇ ਤਾਇਆ ਚਾਚਿਆਂ ਦਾ ਪਿਆਰ ਰਹਿ ਗਿਆ? ਨਾ ਤਾਏ ਚਾਚੇ ਉਹੋ ਜਿਹੇ ਰਹਿ ਗਏ, ਨਾ ਰਹਿ ਗਿਆ ਪਿਆਰ ਭਤੀਜਿਆਂ ਦਾ। ਕੁਝ ਕੁਝ ਹੈ ਨੇ ਜਿਹੜੇ ਭਤੀਜਿਆਂ ਦੀ ਜਗ੍ਹਾ ਤੇ ਆਪਣਾ ਖੂਨ ਪਾਉਂਦੇ ਨੇ, ਬਹੁਤੇ ਤੇ ਭਤੀਜਿਆਂ ਦਾ ਖੂਨ ਪੀਂਦੇ ਹੀ ਨੇ। ਖੈਰ ਉਹਨੇ ਆਖਿਆ ਤਾਇਆ ਜਾਨ ਮੈਂ ਵੀ ਚੱਲਾਂਗਾ। ਤਾਏ ਨੇ ਆਖਿਆ ਚੱਲ ਕਰ ਤਿਆਰੀ। ਇੱਕ ਘੋੜੇ ਤੇ ਬਹਿ ਗਿਆ ਭਤੀਜਾ, ਦੂਜੇ ਤੇ ਬੈਠਾ ਤਾਇਆ, ਲੇਕਿਨ 4-5 ਹਜ਼ਾਰ ਫੌਜ ਰੋਪੜ ਤੋਂ ਕਰਕੇ ਚੜਾਈ, ਹਿੰਮਤ ਚੰਦ ਹੰਡੂਰੀਏ ਦੀ ਹਵੇਲੀ ਨੂੰ ਪਾ ਕੇ ਘੇਰਾ, ਹਿੰਮਤ ਚੰਦ ਹੰਡੂਰੀਏ ਨੂੰ ਨੇਸ਼ ਤੋਂ ਨਬੂਦ ਕਰਨ ਵਾਸਤੇ ਵਿਉਂ ਤਾਂ ਐਂ ਕਰ। Thank you.
ਭਤੀਜੇ ਸਭ ਨਾਲ ਲੈ ਬੁੱਧ ਭਾਈ ਤੇ ਭਤੀਜੇ ਸਭ ਨਾਲ ਲੈ ਦਿੱਤਾ ਪਿਗਲ ਸੀ ਜੰਗ ਦਾ ਵਿਜਾ ਦਿੱਤਾ ਪਿਗਲ ਸੀ ਜੰਗ ਦਾ ਵਿਜਾ ਇਤਿਹਾਸਕਾਰ ਕਹਿੰਦੇ ਦੋ ਤੋਪਾਂ ਬੀੜੀਆਂ ਨਾਸਰ ਅਲੀ ਨੇ। ਇੱਕ ਦਿਨ ਗਏ ਗੱਜ ਲੜਾਈ ਹੋਈ ਤੇ 100 ਬੰਦਾ ਮਰ ਗਿਆ ਵਿਚਾਰੇ ਹਿੰਮਤ ਚੰਦ ਹੰਡੂਰਗੇ ਦਾ। 100 ਆਪਣੀ ਇੱਕ ਹਵੇਲੀ ਦੀ ਦੀਵਾਰ ਢਹਿ ਗਈ। ਹਿੰਮਤ ਚੰਦ ਹੰਡੂਰਗੇ ਨੇ ਆਪਣੀ ਘਰ ਵਾਲੀ ਨੂੰ ਆਖਿਆ, ਕਹਿੰਦਾ ਅੱਜ ਗਏ, ਅੱਜ ਨਹੀਂ ਕੋਈ ਬਚਾ ਬਚਾ, ਨਾ ਤੂੰ ਬਚੇਗੀ, ਨਾ ਮੈਂ, ਨਾ ਮੇਰਾ ਮੁੰਡਾ, ਨਾ ਮੇਰੀ ਧੀ, ਅੱਜ ਸਿਆਦੀ ਰਿਆਸਤ ਖਤਮ ਹੋ ਜਾਵੇ। ਉਹਦੀ ਘਰਵਾਲੀ ਨੇ ਹੱਥ ਜੋੜ ਕੇ ਪਤਾ ਕੀ ਕਿਹਾ, ਕਹਿੰਦੀ ਰਾਜਿਆ ਦਿਲ ਨਾ ਛੱਡ, ਜਿਹੜੇ ਗੁਰੂ ਨੇ ਹਾਂ ਕੀਤੀ ਉਹ ਸਾਡੀ ਡੁੱਬਦੀ ਬੇੜੀ ਨੂੰ ਉਤਾਰੇ।
ਜਿਹੜੇ ਗੁਰੂ ਨੇ ਸਾਨੂੰ ਹਾ ਕੀਤੀ ਉਹ ਮਰਦਿਆਂ ਨੂੰ ਬਚਾਵੇ। ਲਾਗੇ ਖਲੋਤਾ ਉਹਨਾਂ ਦਾ ਦੀਵਾਨ, ਉਹ ਦੀਵਾਨ ਨੇ ਆਖਿਆ, ਕਹਿਣ ਲੱਗਾ, ਹਿੰਮਤ ਚੰਦ ਜੀ ਜੇ ਤੁਸੀਂ ਹੁਕਮ ਕਰੋ ਤੇ ਸੂਰਜ ਡੁੱਬਣ ਵਾਲਾ ਲੜਾਈ ਸਮਾਪਤ ਹੋਵੇਗੀ। ਜਦੋਂ ਲੜਾਈ ਸਮਾਪਤ ਹੋਈ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੱਦ ਕੇ ਲਿਆਵਾਂਗਾ। ਉਦੋਂ ਨਿਯਮ ਸੀਗਾ ਲੜਾਈ ਦਾ, ਜਦੋਂ ਸੂਰਜ ਚੜ੍ਹਦਾ ਸੀਗਾ ਉਦੋਂ ਲੜਾਈ ਸ਼ੁਰੂ ਹੁੰਦੀ ਸੀ ਤੇ ਜਦੋਂ ਸੂਰਜ ਅਸਤ ਹੁੰਦਾ ਸੀ ਉਦੋਂ ਲੜਾਈ ਸਮਾਪਤ ਹੋ ਜਾਂਦੀ ਸੀ। ਰਾਤ ਲੜਾਈ ਨਹੀਂ ਸੀ, ਲੜਾਈ ਹੋਈ ਸਮਾਪਤ। ਧਰਮ ਚੰਦ ਬੈਠਾ ਘੋੜੇ ਤੇ ਚਲੇ ਗਿਆ ਮੀਰੀ ਪੀਰੀ ਦੇ ਮਾਲਕ ਮਹਾਰਾਜ ਦੇ ਕੋਲ। ਮਹਾਰਾਜ ਨੇ ਆਖਿਆ ਅੱਧੀ ਰਾਤ, ਉਹ ਕਹਿੰਦਾ ਮਹਾਰਾਜ ਅੱਧੀ ਰਾਤ ਸਾਡੇ ਤੇ ਪੱਲੇ ਰਿਹਾ ਹੀ ਕੱਖ ਨਹੀਂ, 100 ਬੰਦਾ ਮਰ ਗਿਆ, ਗਾਵਾਂ ਮੱਝਾਂ ਬਹੁਤ ਸਾਰਾ ਨੁਕਸਾਨ ਹੋਇਆ ਤੇ ਹਵੇਲੀ ਦੀ ਇੱਕ ਦੀਵਾਰ ਢਹਿ ਗਈ ਹੈ। ਮਹਾਰਾਜ ਜੇ ਤੁਸੀਂ ਸਾਡੀ ਮਦਦ ਨਾ ਕੀਤੀ ਤੇ ਕੱਲ ਨੂੰ ਅਸੀਂ ਮਾਰੇ ਜਾਵਾਂਗੇ। ਮਹਾਰਾਜ ਨੇ ਆਖਿਆ ਤੂੰ ਆਰਾਮ ਕਰ, ਪ੍ਰਸ਼ਾਦਾ ਪਾਣੀ ਛਕ, ਬਹਿ, ਕੋਈ ਗੱਲ ਨਹੀਂ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਉਹ ਜਦੋਂ ਦੀਵਾਨ ਦੀ ਹੋਈ ਨਾ ਸਮਾਪਤੀ ਤੇ ਤੁਹਾਡੇ ਵਾਂਗੂ ਬੈਠੀ ਸੰਗਤ ਸਾਹਮਣੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਕਹਿੰਦੇ ਧਰਮ ਚੰਦਾ ਜਾ ਕੇ ਹਿੰਮਤ ਚੰਦ ਨੂੰ ਕਹਿ ਦੇ ਅੱਜ ਦਾ ਸੂਰਜ ਚੜੇਗਾ ਜ਼ਰੂਰ, ਲੇਕਿਨ ਨਾਸਰ ਅਲੀ ਪਠਾਨ ਦੇ ਵਾਸਤੇ ਸੂਰਜ ਛਿਪੇਗਾ, ਛਿਪਣ ਤੋਂ ਪਹਿਲੋਂ ਉਹਦਾ ਖੁਤਬਾ ਪੜ੍ਹ ਕੇ ਰੱਖ ਦਿਆਂਗੇ ਜੀ। ਧਰਮ ਚੰਦ ਬੈਠਾ ਘੋੜੇ ਤੇ, ਉਹਦੇ ਮਨ ਵਿੱਚ ਖਿਆਲ ਆਇਆ ਵੀ ਇੱਕ ਬੰਦਾ ਨਹੀਂ ਗੁਰੂ ਮਹਾਰਾਜ ਦੇ ਕੋਲ ਦਿਖਿਆ ਮੈਨੂੰ, ਜਿਹਨੇ ਲੜਨਾ ਉਹ ਤੇ ਲੱਭਾ ਹੀ ਨਹੀਂ। ਉਹ ਵਾਪਸ ਘੋੜਾ ਲਿਆਇਆ, ਘੋੜਾ ਬੰਨ ਕੇ ਥੱਲੇ ਉਤਰਿਆ, ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਆਓਗੇ? ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਨਹੀਂ ਮੈਂ ਨਹੀਂ ਆਉਣਾ। ਤੇ ਮਹਾਰਾਜ ਮੈਨੂੰ ਪਤਾ ਜਿਹਨੇ ਆਉਣਾ ਉਹ ਤੇ ਤੁਹਾਡੇ ਵਿੱਚ ਹੈਗਾ ਹੀ ਨਹੀਂ, ਕਿੱਧਰ ਗਿਆ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਧਰਮ ਚੰਦਾ ਕੌਣ? ਕਹਿੰਦੇ ਮਹਾਰਾਜ ਵਿਧੀਆਂ ਦੀ ਖਾਣ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ। ਉਹ ਕਿੱਥੇ ਆ? ਮਹਾਰਾਜ ਨੇ ਆਖਿਆ ਉਹਨੇ ਵੀ ਨਹੀਂ ਆਉਣਾ। ਮਹਾਰਾਜ ਨਾ ਤੁਸੀਂ ਆਓ ਨਾ ਬਾਬਾ ਵਿਧੀ ਚੰਦ ਆਵੇ ਤੇ ਆਵੇਗਾ ਕੌਣ? ਬਾਬਾ ਵਿਧੀ ਚੰਦ ਸਾਹਿਬ ਪਤਾ ਕਿੱਥੇ ਗਿਆ ਸੀ? ਜਿਹਦੇ ਨਾਲ ਵਾਅਦਾ ਕੀਤਾ ਸੀ ਨਾ, ਯੂਪੀ ਦੇ ਵਿੱਚ ਇੱਕ ਪਿੰਡ ਹੈ ਦਿਓ ਨਗਰ, ਜਿੱਥੋਂ ਦਾ ਰਹਿਣ ਵਾਲਾ ਸੁੰਦਰ ਸ਼ਾਹ ਜਿਹਨੂੰ ਕਹਿੰਦੇ ਸਾਈਂ ਸੁੰਦਰ ਸ਼ਾਹ, ਉਹਦੇ ਨਾਲ ਬਾਬਾ ਵਿਧੀ ਚੰਦ ਸਾਹਿਬ ਨੇ ਵਾਅਦਾ ਕੀਤਾ ਸੀਗਾ, ਜਿੱਦਣ ਅਸੀਂ ਸੱਚਖੰਡ ਨੂੰ ਗਏ ਸਾਈਂ ਤੈਨੂੰ ਨਾਲ ਲੈ ਕੇ ਜਾਵਾਂਗੇ। ਤੇ ਬਾਬਾ ਵਿਧੀ ਚੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਆਗਿਆ ਲੈ ਕੇ ਯੂਪੀ ਨੂੰ ਜਾ ਚੁੱਕਾ ਸੀਗਾ। ਮਹਾਰਾਜ ਬਾਬਾ ਵਿਧੀ ਚੰਦ ਸਾਹਿਬ ਜੀ ਹੈ ਨਹੀਂ, ਤੁਸੀਂ ਆਉਣਾ ਨਹੀਂ, ਆਵੇਗਾ ਕੌਣ? ਗੁਰੂ ਹਰਗੋਬਿੰਦ ਸਾਹਿਬ ਉੱਠੇ, ਸੰਗਤ ਵਿੱਚ ਬੈਠੇ ਆਪਣੇ ਪੁੱਤਰ ਦੇ ਮੋਢੇ ਤੇ ਹੱਥ ਰੱਖਿਆ ਬਾਬੇ ਗੁਰਦਿੱਤੇ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਾਡਾ ਪੁੱਤਰ ਬਾਬਾ ਗੁਰਦਿੱਤਾ ਆਵੇਗਾ, ਹੈ ਮਹਾਰਾਜ ਮੈਂ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਾਂ ਬਾਬਾ ਜੀ ਤੁਸੀਂ ਜਾਓਗੇ। ਮਹਾਰਾਜ ਨਹੀਂ, ਮੈਂ ਤੇ ਸਤਿਗੁਰੂ ਚੌਥੀ ਜੰਗ ਵਿੱਚ ਤੌਬਾ ਕੀਤੀ ਹੈ, ਗਰੀਬ ਨਵਾਜ ਸਤਿਗੁਰੂ, ਮੈਂ ਨਾ ਕਮਾਣ ਚੁੱਕਾ, ਨਾ ਤੀਰ, ਨਾ ਖੰਡਾ, ਨਾ ਤਲਵਾਰ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਾਬਾ ਜੀ ਜਿਹੜੀਆਂ ਕੌਮਾਂ ਦੇ ਜਥੇਦਾਰ ਗੈਰਾਂ ਦੇ ਝੰਡੇ ਥੱਲੇ ਆਰਾਮ ਪ੍ਰਸਤ ਹੋ ਜਾਣ, ਜਿਹੜੀਆਂ ਕੌਮਾਂ ਦੇ ਆਗੂ ਹਥਿਆਰ ਸੁੱਟ ਦੇਣ, ਉਹ ਕੌਮਾਂ ਗੁਲਾਮ ਹੋ ਜਾਂਦੀਆਂ ਨੇ, ਉਹ ਕੌਮਾਂ ਗੁਲਾਮ ਹੋ ਜਾਂਦੀਆਂ ਨੇ। ਤੇ ਮਹਾਰਾਜ ਮੈਂ ਤੇ ਪ੍ਰਣ ਕੀਤਾ ਲੜਨਾ ਨਹੀਂ, ਲੜਾਂਗਾ ਕਾਹਦੇ ਨਾਲ, ਨਾ ਕਮਾਨ ਨਾ ਤੀਰ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਉਹ ਅੰਦਰੋਂ ਦੋ ਧਾਰਾ ਖੰਡਾ ਲੈ ਕੇ ਆਇਆ। ਮਹਾਰਾਜ ਨੇ ਖੰਡਾ ਪਕੜਿਆ, ਬਾਬੇ ਗੁਰਦਿੱਤੇ ਦੇ ਹੱਥ ਵਿੱਚ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਾਬਾ ਆ ਕਰਾਮਾਤ ਲੜੇਗੀ, ਇਹ ਖੰਡਾ ਪਤਾ ਕਿਹੜਾ? ਬਾਬੇ ਗੁਰਦਿੱਤੇ ਨੇ ਆਖਿਆ ਮਹਾਰਾਜ ਕਰੋ ਕਿਰਪਾ ਦੱਸੋ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਾਬਾ ਜਿਹਦੇ ਨਾਲ ਮੁਖਲਸ ਖਾਨ ਸਮੇਤ ਘੋੜੇ ਵੱਢਿਆ ਸੀ ਨਾ, ਸਮੇਤ ਘੋੜੇ, ਇਹ ਉਹ ਖੰਡਾ ਹੈ।
ਬਾਬੇ ਗੁਰਦਿੱਤੇ ਨੇ ਆਖਿਆ ਮਹਾਰਾਜ ਫਿਰ ਮੈਂ ਥੋੜਾ ਲੜਨਾ ਤੇ ਤੁਹਾਡੀ ਕਰਾਮਾਤ ਨੇ, ਇੱਕ ਮਿੰਟ ਧਿਆਨ ਦਿਓ ਬਾਬਾ ਗੁਰਦਿੱਤਾ ਜੀ ਕੀ ਸ਼ਖਸੀਅਤ ਹੈ ਸਿੱਖ ਕੌਮ ਦੇ ਵਿੱਚ, ਗੁਰੂ ਨਾਨਕ ਦੇ ਘਰ ਵਿੱਚ। ਪਹਿਲੀ ਗੱਲ, ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਹੈ। ਦੂਜੀ ਗੱਲ, ਬਾਬੇ ਗੁਰਦਿੱਤੇ ਜੀ ਦਾ ਭਰਾ ਗੁਰੂ ਹੈ, ਗੁਰੂ ਤੇਗ ਬਹਾਦਰ ਮਹਾਰਾਜ। ਤੀਜਾ ਬਚਨ, ਬਾਬੇ ਗੁਰਦਿੱਤੇ ਦਾ ਭਤੀਜਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ। ਚੌਥੀ ਬੇਨਤੀ, ਬਾਬੇ ਗੁਰਦਿੱਤੇ ਜੀ ਦਾ ਪੁੱਤਰ ਗੁਰੂ ਹੈ, ਗੁਰੂ ਹਰ ਰਾਏ ਸਾਹਿਬ। ਤੇ ਬਾਬੇ ਗੁਰਦਿੱਤੇ ਦਾ ਪੋਤਰਾ ਵੀ ਗੁਰੂ ਹੈ, ਗੁਰੂ ਹਰ ਕ੍ਰਿਸ਼ਨ ਸਾਹਿਬ। ਇੱਕ ਵਾਰੀ ਬਾਬੇ ਗੁਰਦਿੱਤੇ ਜੀ ਦੇ ਚਰਨਾਂ ਦਾ ਧਿਆਨ ਤਰਕੇ ਕਹੋ ਸਤਨਾਮ। ਇਹ ਹੈ ਬਾਬਾ ਗੁਰਦਿੱਤਾ ਜੀ, ਪੈਰੀ ਲਾਏ ਹੱਥ, ਬੈਠਾ ਘੋੜੇ ਤੇ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਪੁੱਤਰ ਜੀ ਫੌਜ ਕਿੰਨੀ ਦਈਏ? ਉਹਨੇ ਆਖਿਆ ਮਹਾਰਾਜ ਹੁੰਦਿਆਂ ਕਰਾਮਾਤ ਨੇ ਲੜਨਾ, ਕੋਈ ਬੰਦਾ ਦੇਣਾ ਤੇ ਦੇ ਦਿਓ, ਨਹੀਂ ਦੇਣੀ ਤੇ ਤੁਹਾਡੀ ਮਰਜ਼ੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 100 ਸਿੰਘਾਂ ਦਾ ਜਥਾ ਤੋਰਿਆ, 100 ਸਿੰਘਾਂ ਦਾ। ਮਹਾਰਾਜ ਆਪ ਨਹੀਂ ਆਓਗੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਮੈਂ ਆਵਾਂਗਾ ਪਰ ਤੇਰੀ ਮਦਦ ਨਹੀਂ ਕਰਾਂਗਾ, ਸਾਈਡ ਤੇ ਖਲੋ ਕੇ ਜੰਗ ਦਾ ਤਮਾਸ਼ਾ ਵੇਖਾਂਗਾ, ਮੈਂ ਮਦਦ ਨਹੀਂ ਕਰਾਂਗਾ ਭਾਵੇਂ ਹਾਰੀ ਤੇ ਭਾਵੇਂ ਜਿੱਤੀ। ਬਾਬੇ ਗੁਰਦਿੱਤੇ ਨੇ ਉਹ ਖੰਡਾ ਮੱਥੇ ਨਾਲ ਲਾਇਆ, ਉਹਨੇ ਆਖਿਆ ਮਹਾਰਾਜ ਮੈਨੂੰ ਆਪਣੇ ਨਾਲੋਂ ਵੱਧ ਵਿਸ਼ਵਾਸ ਤੁਹਾਡਿਆ 2 ਤਾਰੇ ਖੰਡੇ ਤੇ, ਜਿਹਦੇ ਮੁੱਠੇ ਨੂੰ ਕਿਤੇ ਤੁਹਾਡਾ ਹੱਥ ਪਿਆ ਹੋਵੇ ਉਹ ਖੰਡਾ ਮੈਨੂੰ ਹਾਰਨ ਕਿਵੇਂ ਦੇਵੇਗਾ। ਇਹਦੇ ਵਾਸਤੇ ਇੱਕ ਮੈਂ ਨਾ ਮੌਜੂਦਾ ਸਮੇਂ ਦੀ ਐਗਜ਼ਾਮਪਲ ਦਿੰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਨੂੰ ਸੋਨਾ ਚੜ੍ਹਦਾ ਸੀ ਪਿੱਛੇ ਜੇ, ਇੱਕ ਮੁੰਬਈ ਤੋਂ ਲਿਆਂਦਾ ਕਾਰੀਗਰ। ਜੇ ਮੇਰੇ ਤੇ ਵਿਸ਼ਵਾਸ ਨਾ ਹੋਵੇ ਤੇ ਹਜ਼ੂਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਨੂੰ ਪੁੱਛ ਲਿਓ, ਜਿਨ੍ਹਾਂ ਨੇ ਸੇਵਾ ਕਰਵਾਈ ਸੀ ਤੇ ਜਿਨ੍ਹੇ ਸੇਵਾਦਾਰ ਨੇ ਸੇਵਾ ਕਰਵਾਈ, ਉਹ ਸੇਵਾਦਾਰ ਰਾਏਪੁਰ ਰਹਿੰਦਾ, ਰਾਏਪੁਰ। ਉਹਨਾਂ ਨੇ ਬਚਨ ਦੱਸਿਆ, ਕਹਿੰਦੇ ਜਦੋਂ ਅਸੀਂ ਲਿਆਂਦਾ ਨਾ ਕਾਰੀਗਰ, ਉਹ ਪੀਰੀ ਦੀ ਸ੍ਰੀ ਸਾਹਿਬ ਦੇ ਮੁੱਠੇ ਨੂੰ ਲੱਗਾ ਹੱਥ ਪਾਉਣ, ਕਹਿੰਦਾ ਉਹਨੇ ਇਹ ਗੱਲ ਕਹੀ, ਮੈਨੂੰ ਇੰਨਾ ਕਰੰਟ ਪਿਆ ਜਿਵੇਂ 300 ਵੋਲਟ ਦੀ ਬੱਤੀ ਪੈਂਦੀ, ਕਹਿੰਦਾ ਮੈਨੂੰ ਇੰਨਾ ਕਰੰਟ ਪਿਆ। ਫਿਰ ਕਹਿੰਦੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਅਕਾਲ ਤਖਤ ਸਾਹਿਬ ਦੇ ਵਿਹੜੇ ਚ ਖਲੋ ਕੇ ਅਰਦਾਸ ਬੇਨਤੀ ਕੀਤੀ, ਤੇ ਫਿਰ ਕਹਿੰਦੇ ਉਸ ਮਿਸਤਰੀ ਨੇ ਸੋਨਾ ਚਾੜਿਆ, ਵਰਨਾ ਉਸ ਮੁੱਠੇ ਨੂੰ ਆਮ ਬੰਦਾ ਕੋਈ ਹੱਥ ਨਹੀਂ ਸੀ ਪਾ ਸਕਦਾ। ਤੇ ਉਹ ਖੰਡੇ ਵਿੱਚ ਕਿੱਡੀ ਕਰਾਮਾਤ ਹੋਈ, ਬਾਬਾ ਗੁਰਦਿੱਤਾ ਜੀ ਬੈਠੇ ਘੋੜੇ ਤੇ, ਪਹੁੰਚ ਕੇ ਮੈਦਾਨੇ ਜੰਗ ਵਿੱਚ, ਇੱਕ ਬੰਨੇ 4500 ਤੇ ਦੂਜੇ ਬੰਨੇ 100। ਬਾਬਾ ਗੁਰਦਿੱਤਾ ਗਿਆ, ਹਿੰਮਤ ਚੰਦ ਨੂੰ ਚਾਹ ਚੜ ਗਿਆ, ਧਰਮ ਚੰਦ ਨੂੰ ਚਾਹ ਚੜ ਗਿਆ। ਇਧਰੋਂ ਬਾਬੇ ਗੁਰਦਿੱਤੇ ਨੇ ਮੈਦਾਨੇ ਜੰਗ ਵਿੱਚ ਆਪਣਾ ਘੋੜਾ ਠੇਲਿਆ, ਦੂਜੇ ਬੰਨੇ ਲੱਗਾ ਨਾਸਰ ਅਲੀ ਖਾਂ ਆਉਣ। ਉਹਦੇ ਭਤੀਜੇ ਨੇ ਆਪਣੇ ਤਾਏ ਦੇ ਘੋੜੇ ਦੀ ਵਾਗ ਫੜ ਲਈ, ਉਹ ਕਹਿੰਦਾ ਤਾਇਆ ਹੁਣ ਕਿੱਥੇ ਚੱਲਿਆ? ਤਾਏ ਨੇ ਨਾ ਆਪਣੇ ਭਤੀਜੇ ਨੂੰ ਟੋਕ ਕੇ ਆਖਿਆ, ਕਹਿੰਦਾ ਉਹ ਮੁਹੰਮਦ ਬੇਗ, ਉਹ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਆ, ਪੋਤਾ ਬਸ ਮਿੰਟ 5-7 ਉਹਦਾ ਸਿਰ ਵੱਢ ਕੇ ਲਿਆਣ ਕੇ, ਜੇ ਮੈਂ ਰੋਪੜ ਦੀਆਂ ਗਲੀਆਂ 'ਚ ਨਾ ਖਿਲਾ ਰਿਹਾ ਤੇ ਮੇਰਾ ਨਾਂ ਨਾਸਰ ਅਲੀ ਖਾਨ ਨਹੀਂ। ਤੇ ਭਤੀਜੇ ਨੇ ਗਾੜੀਓ ਆਖਿਆ, ਤਾਇਆ ਜੇ ਤੂੰ ਜਿੱਤ ਗਿਓ ਨਾ ਤੇ ਤੇਰੀ ਜਿੱਤ ਹਾਰ ਨਾਲੋਂ ਵੀ ਜ਼ਿਆਦੀ ਮਾੜੀ ਹੋਣੀ ਆ। ਤਾਏ ਨੇ ਆਖਿਆ ਕਿਉਂ? ਤਾਂ ਭਤੀਜੇ ਨੇ ਆਖਿਆ, ਕਹਿੰਦਾ ਤਾਇਆ ਜਾਨ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤ ਆਇਆ, ਇਧਰੋਂ ਮੈਂ ਤੇਰਾ ਪੁੱਤ, ਅੱਜ ਪੁੱਤ ਨਾ ਪੁੱਤ ਟਕਰੂ ਤੇ ਬਾਪੂ ਨਾ ਬਾਪੂ ਟਕਰੂਗਾ, ਜੇ ਗੁਰੂ ਹਰਗੋਬਿੰਦ ਸਾਹਿਬ ਆਵੇ ਉਹਦਾ ਮੁਕਾਬਲਾ ਤੁਸੀਂ ਕਰਿਓ। ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤ ਨਾਲ ਮੈਂ ਮੁਕਾਬਲਾ ਕਰਾਂਗਾ।
ਤਾਏ ਨੇ ਆਖਿਆ ਫਿਰ ਚੱਲ ਭਤੀਜਿਆ। ਮੁਹੰਮਦ ਬੇਗ ਬੈਠਾ ਘੋੜੇ ਤੇ ਘੋੜੇ ਤੇ ਬਹਿ ਕੇ ਉਹਨੇ ਪਹਿਲਾ ਤੀਰ ਬਾਬੇ ਗੁਰਦਿੱਤੇ ਦੇ ਮੱਥੇ ਦਾ ਨਿਸ਼ਾਨਾ ਲੈ ਕੇ ਮਾਰਿਆ। ਬਾਬੇ ਗੁਰਦਿੱਤੇ ਨੇ ਗਾੜੀ ਢਾਲਾ ਕਰ ਦਿੱਤਾ, ਨਾਲ ਹੀ ਕਿਹਾ ਸਤ ਕਰਤਾ। ਉਹਨੇ ਦੂਜਾ ਤੀਰ ਮਾਰਿਆ, ਤੀਜਾ, ਚੌਥਾ, ਪੰਜਵਾਂ, ਸੈਂਕੜੇ ਤੀਰ ਮਾਰੇ। ਬਾਬੇ ਗੁਰਦਿੱਤੇ ਨੇ ਦੋ ਧਾਰਾ ਖੰਡਾ ਨਹੀਂ ਬੇਮਿਆਨ ਕੀਤਾ, ਢਾਲੇ ਤੇ ਤੀਰ ਰੋਕੇ, ਘੋੜੇ ਦੇ ਸੁੰਭਾਂ ਵਿੱਚ ਤੀਰਾਂ ਦਾ ਢੇਰ ਲੱਗ ਗਿਆ। ਜਦੋਂ ਤੀਰ ਮੁੱਕ ਗਏ ਨਾ, ਹੁਣ ਗੱਲ ਆ ਗਈ ਤਲਵਾਰਾਂ ਤੇ। ਮੁਹੰਮਦ ਬੇਗ ਕਰੇ ਵਾਰ ਤੇ ਬਾਬਾ ਗੁਰਦਿੱਤਾ ਰੋਕੇ, ਪਰ ਬਾਬਾ ਗੁਰਦਿੱਤਾ ਵਾਰ ਨਾ ਕਰੇ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗ ਗਿਆ। ਮਹਾਰਾਜ ਨੇ ਬਾਹਰ ਖਲੋਤੇ ਨੇ ਆਵਾਜ਼ ਦੇ ਕੇ ਆਖਿਆ, ਕਹਿਣ ਲੱਗੇ, ਬਾਬਾ ਜੀ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਬਲੀ ਕਰੋ, ਦੋ ਧਾਰੇ ਖੰਡੇ ਦਾ ਵਾਰ ਤੇ ਦੁਨੀਆ ਤੋਂ ਪਾਪ ਖਤਮ ਕਰ। ਉਹਨੇ ਆਖਿਆ, ਮਹਾਰਾਜ ਦਿਲ ਨਹੀਂ ਕਰਦਾ, ਇਹਨੇ ਤੀਰ ਛੱਡ ਲਏ ਨੇ, ਠੀਕ ਹੈ, ਇਹਨੇ ਤਲਵਾਰ ਦੇ ਵਾਰ ਕੀਤੇ ਨੇ। ਇਤਿਹਾਸਕਾਰ ਲਿਖਦੇ ਨੇ, ਕਿਤੇ ਗਿਆਨੀ ਗਰਜਾ ਸਿੰਘ ਦੀ ਨਾ ਕਿਤਾਬ ਹੈ ਇਤਿਹਾਸਕ ਖੋਜ, ਉਹ ਪੜ੍ਹਿਓ। ਇੱਕ ਕਿਤਾਬ ਹੈ ਪੰਜਾਬ ਦੀਆਂ ਵਾਰਾਂ, ਗਿਆਨੀ ਪਿਆਰਾ ਸਿੰਘ ਪਦਮ ਦੀ ਲਿਖੀ, ਕਿਤੇ ਉਹ ਪੜ੍ਹਿਓ। ਉਹਦੇ ਵਿੱਚ ਉਹ ਕਹਿੰਦੇ ਨੇ, ਬਾਬੇ ਗੁਰਦਿੱਤੇ ਨੇ ਬੜੇ ਤਰਲੇ ਕੱਢੇ, ਉਹ ਗੱਭਰੂਆ ਜਾ ਚੱਲਿਆ, ਚੱਲਿਆ, ਓਏ ਜਾ ਚਲੇ ਜਾ, ਤੇਰੀਆਂ ਭੈਣਾਂ ਡੀਕਦੀਆਂ ਹੋਣਗੀਆਂ, ਤੇਰੀ ਮਾਂ ਡੀਕਦੀ ਹੋਵੇਗੀ, ਉਹ ਤੇਰਾ ਪਰਿਵਾਰ ਠੀਕਦਾ ਹੋਵੇਗਾ। ਮੈਂ ਨਹੀਂ ਚਾਹੁੰਦਾ ਕਿਸੇ ਦੇ ਬੁੱਢੇਪੇ ਦੀ ਡੰਗੋਰੀ ਮੈਂ ਤੋੜ ਕੇ ਰੱਖ ਦਵਾਂ, ਜਾ ਚਲਿਆ ਜਾ, ਤੇਰੇ ਕਰਮ ਚੰਗੇ ਜਾਂ ਨਿਕਲ ਜਾ। ਉਹਨੇ ਆਖਿਆ, ਬਾਬਾ ਡਰ ਗਿਆ। ਜਦੋਂ ਉਹਨੇ ਆਖਿਆ ਨਾ, ਬਾਬਾ ਡਰ ਗਿਆ ਲੱਗਦਾ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਕਹਿਣ ਲੱਗੇ, ਬਾਬਾ ਗੁਰਦਿੱਤਾ ਜੀ, ਜੇ ਸੱਪ ਦੀ ਮਣੀ ਪ੍ਰਾਪਤ ਕਰਨੀ ਹੋਵੇ ਤੇ ਉਹਦੀ ਸਰੀ ਫੇਣੀ ਪੈਂਦੀ ਹੈ, ਜੇ ਨਾਰੀਗਲ ਦਾ ਪਾਣੀ ਪੀਣਾ ਹੋਵੇ ਮੂੰਹ ਭੰਨਣਾ ਪੈਂਦਾ। ਬਾਬਾ ਦੁਨੀਆਂ ਤੋਂ ਪਾਪ ਕਰਨਾ, ਪਾਪ ਖਤਮ ਕਰਨਾ ਤੇ ਇਹੋ ਜਿਹੇ ਬਦ ਬੰਦਿਆਂ ਦਾ ਖਾਤਮਾ ਕਰਨਾ ਪਵੇਗਾ। ਫਿਰ ਸਨਮਾਨਯੋਗ ਬਾਬਾ ਗੁਰਦਿੱਤਾ ਜੀ ਦੇ ਮੱਥੇ ਤੇ ਪੈ ਗਈ ਤਿਉੜੀ, ਉਹਨੇ ਖਿੱਚ ਕੇ ਦੋ ਤਾਰਾ ਖੰਡਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ। ਬਾਬਾ ਗੁਰਦਿੱਤੇ ਨੇ ਮੁਹੰਮਦ ਬੇਗ ਵੀਰ ਦੇ ਪਰਵਾਹ
ਕੋਈ ਲੰਘ ਨਾ ਪਾਇਆ ਹੱਥ ਤੇ ਸੂਫੀਆਂ ਤੋਂ ਖੰਡਾ ਤਰਹਾਇਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਹ ਮੇਰੇ ਭੈਣ ਜੀ ਤਕਰੀਬਨ ਜਿੱਥੇ ਸਾਡਾ ਦੀਵਾਨ ਹੋਵੇ ਇਹ ਮੇਰੀ ਭੈਣ ਹਾਜ਼ਰੀ ਭਰਨ ਵਾਸਤੇ ਜਾਂਦੀ ਹੈ। ਮੈਂ ਭੈਣ ਦਾ ਧੰਨਵਾਦ ਕਰਦਾ। ਇਹ ਸਾਰਾ ਹੀ ਪਰਿਵਾਰ ਬੇਤਹਾਸ਼ਾ ਮੁਹੱਬਤ ਦੇ ਕੇ ਸਾਨੂੰ ਨਵਾਜਦਾ। ਮੈਂ ਇਸ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਮੇਰੇ ਵੱਡੇ ਭਾਅ ਜੀ ਥਾਣੇਦਾਰ ਸਰਦਾਰ ਅਮਰੀਕ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਗੁਰੂ ਕੀਆਂ ਸੰਗਤਾਂ ਦਾ ਰੂਮ ਰੂਮ ਕਰਕੇ ਧੰਨਵਾਦ, ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਾਬਾ ਗਮ ਚੁੱਕ ਜੀ ਦੇ ਚਰਨਾਂ ਦਾ ਆਸਰਾ, ਸਤਿਗੁਰੂ ਸਾਊਂਡ ਜਿਹਦਾ ਨਾਂ ਹੀ ਸਤਿਗੁਰੂ ਸਾਊਂਡ ਹੋਵੇ ਉਹ ਸਾਊਂਡ ਮਾੜੀ ਕਿਵੇਂ ਹੋ ਸਕਦੀ, ਬੜੀ ਚੜ੍ਹਦੀ ਕਲਾ ਦੀ ਸਾਊਂਡ ਹੈ। ਤੇ ਜਿੱਥੇ ਇਹ ਸਾਊਂਡ ਹੋਵੇ ਆਉਣ ਵਾਲੇ ਬੁਲਾਰੇ ਨੂੰ ਚਾਅ ਚੜ੍ਹ ਜਾਂਦਾ, ਜਦੋਂ ਅਸੀਂ ਲਾਈਵ ਵੇਨੇ ਨਾ ਵੀ ਸਤਿਗੁਰੂ ਸਾਊਂਡ ਲੱਗੀ ਹੈ ਤੇ ਬੁਲਾਰਿਆਂ ਦਾ ਖੂਨ ਵਰ ਜਾਂਦਾ ਵੀ ਉੱਥੇ ਹੁਣ ਖਪਣਾ ਨਹੀਂ ਪੈਣਾ। ਅਰਦਾਸ ਕਰਦਾ ਮਹਾਰਾਜ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਕਰੇ। ਇੱਕ ਮੈਂ ਹੋਰ ਬੇਨਤੀ ਕਰਦਾ, ਕਈ ਸਾਊਂਡ ਵਾਲਿਆਂ ਨੂੰ ਵਾਧੀ ਹੁੰਦੀ ਆ ਵੀ ਆਹ ਸਾਰਾ ਸਿਸਟਮ ਫਿੱਟ ਕਰਕੇ ਤੇ ਆਪ ਹੋਰ ਪਾਸੇ ਚਲੇ ਜਾਣਾ। ਇਹ ਦੋਵੇਂ ਭਰਾ ਐ ਸਾਊਂਡ ਦੇ ਮੋਢਿਆਂ ਤੇ ਚੜ੍ਹ ਕੇ ਰਹਿੰਦੇ ਨੇ ਤੇ ਬੁਲਾਰੇ ਨੂੰ ਕਹਿਣਾ ਨਹੀਂ ਪੈਂਦਾ, ਅੱਖ ਦਾ ਇਸ਼ਾਰਾ ਸਮਝ ਜਾਂਦੇ ਨੇ ਵੀ ਬੁਲਾਰੇ ਨੂੰ ਕਿਹੜੀ ਚੀਜ਼ ਸਾਊਂਡ ਦੇ ਵਿੱਚ ਚਾਹੀਦੀ ਹੈ। ਮੈਂ ਧੰਨਵਾਦ ਕਰਦਾ ਮਹਾਰਾਜ ਕਿਰਪਾ ਕਰਨ। ਮੇਰੇ ਤੋਂ ਬਾਅਦ ਆਉਣ ਵਾਲਾ